ਲੇਜ਼ਰ ਕਰਾ ਆਪਾਂ ਉਹਨੂੰ ਕਹਿੰਦੇ ਹੁੰਦੇ ਸੀਗੇ ਕਿ ਜਿਹਦੇ ਨਾਲ ਲੇਜ਼ਰ ਚੱਲਦੀ ਹੁੰਦੀ ਸੀਗੀ, ਇਹਦੀ ਡੈਫੀਨੇਸ਼ਨ ਹੈਗੀ ਜੀ GPS ਲੇਜ਼ਰ ਸਿਸਟਮ। 2 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੱਥੇ ਇਹਦਾ ਬੇਸ ਸਟੇਸ਼ਨ ਲੱਗਦਾ ਇਹਨੂੰ 2 ਕਿਲੋਮੀਟਰ ਦੇ ਏਰੀਆ ਵਿੱਚ ਜਿੱਥੇ ਮਰਜ਼ੀ ਲਾ ਦਿਓ। ਤੁਹਾਡੇ ਸਾਹਮਣੇ ਹੁਣ ਤੁਸੀਂ ਆਪਾਂ ਅੱਜ ਚਾਲੂ ਕਰਨ ਆਏ ਆ, ਕੰਪਨੀ ਦੇ 4 ਬੰਦੇ ਆਏ ਨੇ ਇਹਨੂੰ ਚਾਲੂ ਕਰਨ ਵਾਸਤੇ, ਠੀਕ ਹੈ ਜੀ। ਕੋਈ ਵੀ ਇੰਪਲੀਮੈਂਟ ਤੁਸੀਂ ਇਸ ਕੰਪਨੀ ਦਾ ਲੈਣੇ ਹੋ, ਠੀਕ ਹੈ ਜੀ, ਫਸਟ ਆਫ ਆਲ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਐਗਰੀ ਜ਼ੋਨ ਦੀ ਸਰਵਿਸ ਦੇ ਨਾਲ ਨਾਲ ਮੰਨੀ ਜਾਂਦੀ ਵੀ ਐਗਰੀ ਜ਼ੋਨ ਦੀ ਸਰਵਿਸ ਨੰਬਰ 1 ਦੇ ਉੱਤੇ ਆ। ਬਾਈ ਚਾਂਸ ਇਹਦੇ ਵਿੱਚ ਕੋਈ ਪ੍ਰੋਬਲਮ ਫਾਲਟ ਆ ਗਿਆ ਉਦੋਂ ਵੀ ਤੁਹਾਡੇ ਘਰ ਆ ਕੇ ਕਰਕੇ ਜਾਣਗੇ। ਇਹ ਨਹੀਂ ਹੋਊਗਾ ਕਿ ਸਰ ਤੁਸੀਂ ਪਟਿਆਲੇ ਲੈ ਜਾਓ ਕੰਪਨੀ ਦੇ ਵਿੱਚ ਲੈ ਜਾਓ, ਠੀਕ ਹੈ ਜੀ, ਜਾਂ ਤੁਸੀਂ ਆਪਣੇ ਡੀਲਰਸ਼ਿਪ ਦੇ ਉੱਤੇ ਲੈ ਜਾਓ। ਤੁਹਾਨੂੰ ਕਿਤੇ ਲਿਜਾਣ ਦੀ ਜਾਣ ਦੀ ਲੋੜ ਨਹੀਂ, ਕਸਟਮਰ ਕੰਪਨੀ ਡੀਲਰ ਤੁਹਾਡੇ ਕੋਲ ਖੁਦ ਤੁਹਾਡੇ ਖੇਤ ਦੇ ਵਿੱਚ ਪੁੱਜੇਗਾ। ਭਾਜੀ ਇਹ ਜਿੱਦਾਂ ਤੁਸੀਂ ਦੇਖਿਆ ਸੀਗਾ ਕਿ ਇਹਦੇ ਤੇ ਪਹਿਲਾਂ ਗੇਅਰ ਵਾਲਾ ਲੱਗਾ ਹੁੰਦਾ ਸੀ, ਕਈਆਂ ਕੰਪਨੀਆਂ ਨੇ ਮੋਟਰ ਨਾਲ ਲਾਤਾ ਜੀ, ਸਾਡਾ ਕਹਿੰਦਾ ਜੀ ਫੁੱਲੀ ਆਟੋਮੈਟਿਕ ਆ, ਕੰਮ ਸਾਰੇ ਫੁੱਲੀ ਆਟੋਮੈਟਿਕ ਕਰਦੇ ਆ। ਬਸ ਇਹਦੇ ਵਿੱਚ ਇਹ ਹੈ ਕਿ ਇਹਦਾ ਰਿਸੀਵਰ ਹੈ, ਬੇਸ ਸਟੇਸ਼ਨ ਹੈ, ਜਿਹਨੇ ਕਿ ਆਪਾਂ ਲੇਜ਼ਰ ਲਾਉਂਦੇ ਹੁੰਦੇ ਸੀਗੇ ਤੇ ਉਹ ਡਿਟੈਕਟ ਕਰਦੀ ਸੀ ਰੇਂਜ, ਇਹਨੇ ਇਹਨਾਂ ਸੈਟੇਲਾਈਟ ਨੂੰ ਡਿਟੈਕਟ ਕਰਨਾ, ਠੀਕ ਹੈ ਜੀ। ਇੱਕ ਲਿਖਿਆ ਹੋਇਆ ਜੀ 37, ਮਤਲਬ 37 ਸੈਟੇਲਾਈਟ, 37 ਸੈਟੇਲਾਈਟ ਇਸ ਵੇਲੇ ਇਹਦੇ ਟੱਚ ਵਿੱਚ ਨੇ, ਇਹਦੇ ਕੰਟੈਕਟ ਵਿੱਚ ਨੇ, ਉੱਪਰ ਘੁੰਮਦੀਆਂ ਪਈਆਂ, ਉੱਪਰ ਜਿਹੜੀਆਂ ਘੁੰਮਦੀਆਂ ਪਈਆਂ ਇਹ ਵਧਣਗੀਆਂ ਵੀ। ਅੱਛਾ ਵਧੂਗੀਆਂ, ਇਹ ਵਧਣਗੀਆਂ ਵੀ ਜਿੱਦਾਂ ਜਿੱਦਾਂ ਮੌਸਮ ਸਾਫ਼ ਹੋਏਗਾ ਵਧਣਗੀਆਂ ਇਹ। ਮਤਲਬ ਆ ਬਾਈ ਗਿੱਠਕ ਦੀ ਚੀਜ਼ ਦੇ ਮਗਰ 40 ਬੰਦੇ ਬੈਠੇ ਹੋ ਆ, 40 ਬੰਦੇ ਜਿਹੜੇ ਹੈਗੇ ਨੇ ਜੀ ਉਹਨਾਂ ਦੇ ਪਿੱਛੇ ਦਿਮਾਗ ਪਤਾ ਨਹੀਂ ਕਿੰਨੇ ਦਾ, ਪਤਾ ਨਹੀਂ ਕਿੰਨੇ ਦਾ। ਓਨਰ ਰਿਸੀਵ ਸਿਗਨਲ ਦਿੱਤੇ ਆ, ਓਨਰ ਰਿਸੀਵ ਕਰ ਲਿਆ, ਠੀਕ ਹੈ ਜੀ, ਓਨ ਅੱਗੇ ਸਿਗਨਲ ਦੇਣੇ ਇਹਨੂੰ, ਇਹਨੂੰ ਕਿ ਵੀ ਹੁਣ ਇੱਥੇ ਮੈਂ ਇਸ ਵੇਲੇ ਉੱਚਾ ਚੱਲ ਗਿਆ ਆ, ਠੀਕ ਹੈ ਜੀ, ਇੱਥੋਂ ਤੁਸੀਂ ਹੁਣ ਮਿੱਟੀ ਚੱਕਣੀ ਆ। ਟੋਟਲੀ ਸਰਟੀਫਾਈਡ ਲੋਹਾ ਲੱਗਦਾ, ਇਹ ਨਹੀਂ ਕਿ ਮੰਡੀ ਗੋਬਿੰਦਗੜ੍ਹ ਦਾ ਲੱਗਾ, ਟੋਟਲੀ ਸੇਲ ਦਾ ਲੱਗਾ ਹੋਇਆ, ਟਾਟਾ ਦਾ ਲੱਗਾ ਹੋਇਆ। ਜੇ ਸਾਡੇ ਕੋਲ ਕਸਟਮਰ ਡਿਮਾਂਡ ਕਰੇ ਵੀ ਹਾਂ ਵੀ ਤੁਸੀਂ ਗੱਲਾਂ ਨਾਲ ਕਰ ਰਹੇ ਹੋ, ਕੰਪਨੀ ਸਾਨੂੰ ਸਰਟੀਫਿਕੇਟ ਵੀ ਪ੍ਰੋਵਾਈਡ ਕਰਵਾਉਂਦੀ ਹੈ ਜੀ, ਹਾਂਜੀ ਲੋਹੇ ਦੇ ਆਪਾਂ ਸਰਟੀਫਿਕੇਟ ਵੀ ਦੇਣ ਨੂੰ ਤਿਆਰ ਹਾਂ, ਜਿੱਥੇ ਮਰਜ਼ੀ ਚੈੱਕ ਕਰਵਾ ਲਿਓ। ਮੋਸਟਲੀ ਕਿਸੇ ਵੀ ਤੁਸੀਂ ਲੇਜ਼ਰ ਦੇ ਦੇਖਿਓ ਤੁਹਾਨੂੰ ਆ ਕੈਪ ਨਹੀਂ ਮਿਲਣਗੇ। ਕਿਉਂ ਨਹੀਂ ਮਿਲਣਗੇ? ਕਿਉਂਕਿ ਕੰਪਨੀ ਦੇ ਇਹਦੇ ਤੇ ਧਿਆਨ ਹੀ ਨਹੀਂ ਸੀਗਾ ਕਿਸੇ ਦਾ ਵੀ, ਕਿਸੇ ਦੇ 6 ਮਹੀਨੇ ਚੱਲਿਆ, ਸਾਲ ਚੱਲਿਆ, ਟਰੈਕਟਰ ਨੇ ਭਜਾਈ ਰੱਖਿਆ ਆ, ਉਹ ਕੈਪ ਹੌਲੀ ਹੌਲੀ ਲੂਜ਼ ਹੋ ਕੇ ਡਿੱਗ ਜਾਂਦੇ ਨੇ। ਇਹਦੇ ਤੇ ਬਕਾਇਦਾ ਸੇਫਟੀ ਲਈ ਕੈਪ ਵੀ ਲੱਗੇ ਹੋਏ ਨੇ, ਤੁਹਾਡਾ ਟੱਕਰ ਨਹੀਂ ਡਿੱਗੇਗਾ। ਟੂਲ ਤੁਹਾਡੇ ਕਿਤੇ ਇਨ ਕੇਸ ਤੁਸੀਂ ਕਿਤੇ ਦੂਰ ਜਾਣਾ ਹੈ ਕਿ ਨਹੀਂ, ਸਾਰਾ ਕੁਝ ਨੰਗਾ ਲਈ ਜਾ ਸਕਦੇ ਹੋ, ਇਹਦੇ ਵਿੱਚ ਕੈਰੀ ਕਰਕੇ ਤੁਸੀਂ ਲਿਜਾ ਸਕਦੇ ਹੋ। ਇਹਦੀ ਸੇਫਟੀ ਲਈ ਵੀ ਤੁਹਾਡੇ ਡੱਬੇ ਦੀ ਜਿਹੜੇ ਵੀ ਤੁਸੀਂ ਆਪਣਾ ਟੂਲ ਸਾਹਮਣਾ, ਸੇਫਟੀ ਲਈ ਬਕਾਇਦਾ ਉਹਦੇ ਵਿੱਚ ਸਪੰਜ ਲਾ ਦਿੱਤੀ ਕਿ ਤੁਹਾਡੇ ਸਿਸਟਮ ਨੂੰ ਜਾਂ ਡੱਬੇ ਨੂੰ ਕੋਈ ਨੁਕਸਾਨ ਨਾ ਹੋਵੇ, ਖੜਕੇ ਨਾ ਵੀ ਕੋਈ ਨੁਕਸਾਨ ਨਾ ਹੋਵੇ। ਨਹੀਂ ਫਿਰ ਆਪਾਂ ਗਰੰਟੀ ਕੀ ਆ ਬਾਈ? ਵੀਰ ਜੀ 2 ਸਾਲ ਦੀ ਗਰੰਟੀ ਹੈ ਵਿਦਆਊਟ ਐਕਸੀਡੈਂਟ, ਬਿਨਾ ਕਿਸੇ ਐਕਸੀਡੈਂਟ ਤੋਂ, ਵਿਦਆਊਟ ਐਕਸੀਡੈਂਟ, ਕੋਈ ਇਹ ਨਾ ਹੋਵੇ ਕਿ ਬੰਦਾ ਹੁਣ ਕੱਲ ਨੂੰ ਲਿਆ ਕੇ ਸਿੱਧਾ ਮਾਰੇ ਕੇ ਕੰਧ ਦੇ ਵਿੱਚ ਜਾਂ ਚੱਕ ਕੇ ਮਾਰੇ ਐਕਸੀਡੈਂਟ ਜਾਣ ਬੁੱਝ ਕੇ ਕਰੇ ਤੇ ਉਸ ਚੀਜ਼ ਦੀ ਨਹੀਂ। ਮੈਨੂਫੈਕਚਰਿੰਗ ਡਿਫਾਲਟ ਦੇ ਵਿੱਚ ਕੁਝ ਵੀ ਹੁੰਦਾ ਹੈ ਉਹਦੀ 2 ਸਾਲ ਦੀ ਗਰੰਟੀ ਹੈ। ਆਪਣੇ ਕੋਲ ਗਰੰਟੀ ਦਾ ਮਤਲਬ ਹੈ ਜੀ ਗਰੰਟੀ, ਆਹ ਉਹਨੂੰ ਚੀਜ਼ ਨੂੰ ਪੀਸ ਨੂੰ ਚੇਂਜ ਕਰਕੇ ਦਵਾਂਗੇ, ਅੰਗਰੇਜ਼ੀ ਚ ਕਹਿੰਦੇ ਰਿਪਲੇਸ ਕਰਨਾ, ਰਿਪਲੇਸ ਕਰਕੇ ਦਵਾਂਗੇ ਜੀ। ਪਹਿਲੇ ਡਿਮਾਂਡ ਇਹਦੀ ਇੰਨੀ ਹੈ ਕਿ ਕੰਪਨੀ ਕੋਲ ਪੀਸ ਦੇਣੇ ਔਖੇ ਹੋ ਰਹੇ ਆ, ਅਸੀਂ ਇਹ ਟਾਈਮ ਪੀਰੀਅਡ ਤੇ ਦੇ ਰਹੇ ਹਾਂ, ਅੱਜ ਆਰਡਰ ਕੀਤਾ ਹਫਤੇ ਬਾਅਦ ਦੇ ਰਹੇ ਹਾਂ। ਅੱਛਾ, ਹਾਂਜੀ, ਗਵਰਨਮੈਂਟ ਦੀ ਇਸ ਮੈਮ ਸਕੀਮ ਚੱਲ ਰਹੀ ਹੈ, ਉਹਦੇ ਵਿੱਚ ਜਨਰਲ ਨੂੰ ਹੈਗੀ ਆ 40% ਅੱਛਾ, ਤੇ SC VC ਨੂੰ ਹੈਗੀ 50%। ਅੱਛਾ, ਮਤਲਬ ਕਿ ਜੋ ਵੀ ਗਵਰਨਮੈਂਟ ਦੀ ਸਕੀਮ ਦੇ ਅਧੀਨ ਆਉਂਦੀ ਹੈ ਵੀ ਆਪਾਂ ਇੰਨੀ ਸਬਸਿਡੀ ਦਵਾਂਗੇ, ਅਪਰੂਵਡ ਨੇ, ਸਬਸਿਡੀ ਅਪਰੂਵਡ ਨੇ, ਇਹਨਾਂ ਦੇ ਉੱਤੇ ਬਕਾਇਦਾ ਤੁਹਾਨੂੰ ਸਬਸਿਡੀ ਮਿਲੇਗੀ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਬਾਈ, ਗੱਲਬਾਤ ਆਏ ਆ, ਅੱਜ ਖੜੇ ਆ ਹੁਸ਼ਿਆਰਪੁਰ ਦੇ ਕੋਲ, ਜਾਂ ਕਹਿ ਦੀ ਜਮੀ ਟਾਂਡੇ ਖੜੇ ਆ ਬਾਈ ਜੀ, ਤੇ ਮੌਸਮ ਇੱਕ ਵਾਰੀ ਫੇਰ ਬਦਲ ਗਿਆ, ਜੇਬਾਂ 'ਚ ਹੱਥ ਪਵਾਤੇ ਆ, ਠੰਡਾ ਮਾਲ ਹੋ ਗਿਆ ਜਮੀ, ਤੇ ਵੀਡੀਓ ਪਰ ਤੱਤੀ ਆ ਮਿੱਤਰੋ, ਮਾਮਲਾ ਗਰਮ ਆਏ ਆ, ਕਿਉਂਕਿ ਅੱਜ ਜਿਹੜੀ ਤੁਹਾਡੇ ਲਈ ਚੀਜ਼ ਲੈ ਕੇ ਆਏ ਆ ਪੰਜਾਬ 'ਚ ਪਹਿਲੀ ਆ, ਜਾਂ ਹੋ ਸਕਦਾ ਵੀਡੀਓ ਵੀ ਤੁਸੀਂ ਪਹਿਲੀ ਵਾਰੀ ਦੇਖੋ, ਤੇ ਇਹ ਖਾਸ ਕਰਕੇ ਉਹਨਾਂ ਲਈ ਆ ਜਿਹੜੇ ਬਾਈ ਲੇਜ਼ਰ ਲੈਵਲ ਕਰਾਉਣਾ ਚਾਹੁੰਦੇ ਆ, ਲੈਣਾ ਚਾਹੁੰਦੇ ਆ, ਉਹਨਾਂ ਦੇ ਲਈ ਇੱਕ ਨਵਾਂ ਸੰਦ ਲੈ ਕੇ ਆਏ, ਨਵਾਂ ਸੱਪ ਕੱਢ ਕੇ ਲੈ ਕੇ ਆਏ ਆਪਣੇ ਨਾਲ ਬਾਈ ਜਗਤਾਰ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ? ਵਧੀਆ ਬਾਈ ਜੀ, ਆਪਾਂ ਖੜੇ ਆ ਬਾਈ ਟਾਂਡੇ, ਇਹ ਭਾਜੀ ਟਾਂਡਾ ਉੜਮੜ ਹੈ ਜੀ, ਆਪਣਾ ਡਿਸਟ੍ਰਿਕਟ ਹੁਸ਼ਿਆਰਪੁਰ, ਡਿਸਟ੍ਰਿਕਟ ਹੁਸ਼ਿਆਰਪੁਰ ਜੀ, ਤੇ ਜਗ੍ਹਾ ਹੈਗੀ ਆ ਮੰਨਾ ਸਿੰਘ ਐਂਡ ਸੰਸ ਕੰਪਨੀ, ਹੈ ਨਾ, ਤੇ ਆਪਣੇ ਮੋਹਰੇ ਜਿਹੜੀ ਆ ਚੀਜ਼ ਖੜੀ ਆ ਬਾਈ ਜੀ, ਹੈ ਇਹ ਪਿੱਛੇ ਹੋ ਜਾ, ਪਿੱਛੇ ਹੋ ਜਾ, ਪਿੱਛੇ ਹੋ ਜਾ, ਵਿੱਕੀ ਸਿੰਘ ਆ ਫਰੇਮ 'ਚ ਲੈ ਕੇ ਦਿਖਾਲ ਦੇ ਕਿ ਇਹ ਹੈਗਾ ਬਾਈ ਜੀ ਲੇਜ਼ਰ ਕਰਾ, ਹੈ ਲੇਜ਼ਰ ਕਰਾ ਜੀ, ਤੇ ਦੇਖਣ ਨੂੰ ਪਹਿਲਾਂ ਤਾਂ ਕਈਆਂ ਨੇ ਕਿਹਾ ਯਾਰ ਡੰਡਾ ਜਿਹਾ ਨਹੀਂ ਲਾਇਆ। ਥੋੜੀ ਜੀ ਤੁਹਾਡੀ ਡੈਫੀਨੇਸ਼ਨ ਨੂੰ ਮੈਂ ਚੇਂਜ ਕਰਦਾ, ਲੇਜ਼ਰ ਕਰਾ ਆਪਾਂ ਉਹਨੂੰ ਕਹਿੰਦੇ ਹੁੰਦੇ ਸੀਗੇ ਕਿ ਜਿਹਦੇ ਨਾਲ ਲੇਜ਼ਰ ਚੱਲਦੀ ਹੁੰਦੀ ਸੀਗੀ, ਇਹਦੀ ਡੈਫੀਨੇਸ਼ਨ ਹੈਗੀ ਜੀ GPS ਲੇਜ਼ਰ ਸਿਸਟਮ। ਆਹਾ, GPS ਇਹ ਜਿੱਦਾਂ ਤੁਸੀਂ ਪਹਿਲਾਂ ਫੋਨ ਦੇ ਉੱਤੇ GPS ਜਾਂ ਨੈਵੀਗੇਸ਼ਨ ਚਲਾਉਂਦੇ ਹੁੰਦੇ ਸੀਗੇ, ਇਹ ਹੁਣ ਉਸੇ ਤਰ੍ਹਾਂ ਹੀ ਸੈਟੇਲਾਈਟ ਦੇ ਨਾਲ ਤੁਹਾਡੇ ਕਰਾ ਚੱਲਣਗੇ ਜੀ। ਅੱਛਾ, ਹੁਣ ਉਹ ਲਾਉਣ ਦੀ ਲੋੜ ਨਾ ਜੀ, ਨਾ ਜੀ, ਕਿਤੇ ਕਿਸੇ ਨੂੰ ਦਿੱਕਤ ਆ ਗਈ ਜੀ, ਲਾਗੇ ਚੱਲਦਾ ਪਿਆ ਆ, ਜਾਂ ਲਾਗੇ ਕੋਈ ਖੰਭਾ ਆ ਗਿਆ, ਜਾਂ ਵੱਡੀਆਂ ਤਾਰਾਂ ਆ ਗਈਆਂ, ਜਾਂ ਕਿਸੇ ਦੇ ਥੱਲੇ ਆਪਣਾ ਰੇਂਜ ਡਿਸਟਰਬ ਕਰਦਾ ਪਿਆ ਆ, ਇਹਨੂੰ ਜਿੱਥੇ ਮਰਜ਼ੀ ਲਾ ਦਿਓ,
ਜਿੱਥੇ ਮਰਜ਼ੀ 2 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੱਥੇ ਦਾ ਬੇਸ ਸਟੇਸ਼ਨ ਲੱਗਦਾ ਇਹਨੂੰ 2 ਕਿਲੋਮੀਟਰ ਦੇ ਏਰੀਆ ਵਿੱਚ ਜਿੱਥੇ ਮਰਜ਼ੀ ਲਾ ਦਿਓ ਨਹੀਂ ਜੇ 2 ਕਿਲੋਮੀਟਰ ਐਂ ਬਾਹ ਘੁਮਾ ਦਈਏ ਐਂ ਕਹਿ ਸਕਦੇ ਹਾਂ ਹਨਾ ਤੇ ਜੇ ਐਂ ਜੇ ਬਾਹ ਘੁਮਾਉਣੀ ਹੈ ਫਿਰ 4 ਕਿਲੋਮੀਟਰ ਫਿਰ 4 ਹਾਂਜੀ ਬੇਸ ਸਟੇਸ਼ਨ ਤੋਂ ਇੱਕ ਸਾਈਡ ਨੂੰ ਤੁਸੀਂ 2 ਕਿਲੋਮੀਟਰ ਚਲਾ ਸਕਦੇ ਜਿਵੇਂ ਉਹ ਖੂੰਜੇ ਪਿਆ ਖੇਤ ਦੇ ਤਾਂ 2 ਕਿਲੋਮੀਟਰ ਜਿੱਥੇ ਮਰਜ਼ੀ ਲਾ ਜਿਓ ਜਿੱਥੇ ਮਰਜ਼ੀ ਭੱਗ ਜਿਓ ਕੋਈ ਖੰਭਾ ਆ ਜਵੇ ਕੋਈ ਤਾਰ ਆ ਜਵੇ ਕੋਈ ਲਾਗੇ ਚੱਲਦਾ ਹੋਵੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਹਾ ਜੀ ਤੇ ਵੈਸੇ ਕੰਪਨੀ ਜਿਹੜਾ ਆਹ ਆਪਣੇ ਕੋਲ ਖੜੇ ਆ ਕਰਾ ਬਾਈ ਜੀ ਹੈਗਾ ਐਗਰੀ ਜ਼ੋਨ ਦਾ ਐਗਰੀ ਜ਼ੋਨ ਦਾ ਬਾਈ ਜੇ ਵੈਸੇ ਇਹ ਕੰਪਨੀ ਬਾਰੇ ਦੱਸਣਾ ਹੋਵੇ ਇੱਕ ਚੀਜ਼ ਮੈਂ ਬਾਈ ਹੁਣਾਂ ਤੋਂ ਨਵੀਂ ਦੇਖੀ ਕਿ ਬਾਈ ਜੀ ਕੰਪਨੀ ਦੀ ਸਰਵਿਸ ਬਾਲੀ ਵਧੀਆ ਆ ਕੰਪਨੀ ਦੀ ਸਰਵਿਸ ਤਾਂ ਵੀਰ ਤੁਹਾਡੇ ਸਾਹਮਣੇ ਹੁਣ ਤੁਸੀਂ ਆਪਾਂ ਅੱਜ ਚਾਲੂ ਕਰਨ ਆਏ ਆ ਕੰਪਨੀ ਦੇ 4 ਬੰਦੇ ਆਏ ਨੇ ਇਹਨੂੰ ਚਾਲੂ ਕਰਨ ਵਾਸਤੇ ਠੀਕ ਹੈ ਜੀ ਕੋਈ ਵੀ ਇੰਪਲੀਮੈਂਟ ਤੁਸੀਂ ਇਸ ਕੰਪਨੀ ਦਾ ਲੈਣੇ ਹੋ ਠੀਕ ਹੈ ਜੀ ਫਸਟ ਆਫ ਆਲ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਐਗਰੀ ਜ਼ੋਨ ਦੀ ਸਰਵਿਸ ਦੇ ਨਾਲ ਨਾਲ ਮੰਨੀ ਜਾਂਦੀ ਵੀ ਐਗਰੀ ਜ਼ੋਨ ਦੀ ਸਰਵਿਸ ਨੰਬਰ 1 ਦੇ ਉੱਤੇ ਆ ਕਿ ਇੱਕ ਤੁਸੀਂ ਰੋਟਾਵੇਟਰ ਵੀ ਲੈਣੇ ਹੋ ਤੁਹਾਡੇ ਘਰ ਆ ਕੇ ਰੋਟਾਵੇਟਰ ਦੇ ਗੇਅਰ ਆਰਪੀਐਮ ਸੈੱਟ ਕਰਕੇ ਜਾਂਦੇ ਨੇ ਚਾਹੇ ਇੱਕ ਤੁਸੀਂ ਰੋਟਾਵੇਟਰ ਹੀ ਲੈਣੇ ਹੋ ਇਹ ਤਾਂ ਉਹ ਆ ਜਿਹੜਾ ਜਦੋਂ ਆ ਗਏ ਪਹਿਲੀ ਵਾਰੀ ਚੀਜ਼ ਲਈ ਹਨਾ ਆਪਾਂ ਇਹ ਵੀ ਦੱਸਦੇ ਸੀਗੇ ਬਾਈ ਜੀ ਜਦੋਂ ਲੈ ਲਈ ਬਾਈ ਚਾਂਸ ਇਹਦੇ ਵਿੱਚ ਕੋਈ ਪ੍ਰੋਬਲਮ ਡਿਫਾਲਟ ਆ ਗਿਆ ਉਦੋਂ ਵੀ ਤੁਹਾਡੇ ਘਰ ਆ ਕੇ ਕਰਕੇ ਜਾਣਗੇ ਇਹ ਨਹੀਂ ਹੋਊਗਾ ਕਿ ਸਰ ਤੁਸੀਂ ਪਟਿਆਲੇ ਲੈ ਜਾਓ ਕੰਪਨੀ ਦੇ ਵਿੱਚ ਲੈ ਜਾਓ ਠੀਕ ਹੈ ਜੀ ਜਾਂ ਤੁਸੀਂ ਆਪਣੇ ਡੀਲਰਸ਼ਿਪ ਦੇ ਉੱਤੇ ਲੈ ਜਾਓ ਤੁਹਾਨੂੰ ਕਿਤੇ ਲਿਜਾਣ ਦੀ ਲੋੜ ਨਹੀਂ ਕਸਟਮਰ ਕੰਪਨੀ ਡੀਲਰ ਤੁਹਾਡੇ ਕੋਲ ਖੁਦ ਤੁਹਾਡੇ ਖੇਤ ਦੇ ਵਿੱਚ ਪੁੱਜੇਗਾ ਖੇਤ ਦੇ ਵਿੱਚ ਪੁੱਜਣਗੇ ਤੇ ਟਾਈਮ ਫਰੇਮ ਹੈਗਾ ਇੱਕ ਦਿਨ ਦੇ ਵਿੱਚ ਐਡ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਡੀਲਰ ਦੇ ਕੋਲ ਪਏ ਆ ਜੇ ਬਹੁਤੀ ਗੱਲ ਹੈ ਕਿ ਕਸਟਮਰ ਜਾਂ ਕਿਸੇ ਡੀਲਰ ਦੇ ਨਾਲ ਨਹੀਂ ਚੱਲਦੀ ਹੈਗੀ ਹੈ ਆਹ ਕੰਪਨੀ ਦਾ ਨੰਬਰ ਹੈ ਟੋਲ ਫਰੀ ਨੰਬਰ ਲਿਖਿਆ ਹੋਇਆ ਹੈ ਟੋਲ ਫਰੀ ਨੰਬਰ ਲਿਖਿਆ ਹੋਇਆ ਤੁਸੀਂ ਉਹ ਆਪਣਾ ਟੋਲ ਫਰੀ ਨੰਬਰ ਦੇ ਉੱਤੇ ਕੰਪਨੀ ਨੂੰ ਕਾਲ ਕਰੋ ਕੰਪਨੀ ਦੇ ਖੁਦ ਆ ਕੇ ਕੰਪਨੀ ਦੇ ਬੰਦੇ ਤੁਹਾਡੇ ਕੋਲ ਆਉਣਗੇ ਤੇ ਉਦੋਂ ਬਾਅਦ ਜਿਹੜੀ ਆਪਾਂ ਸਪੈਸ਼ਲ ਚੀਜ਼ ਅੱਜ ਆਪਣੇ ਕੋਲੇ ਹੈਗੀ ਆ ਨਾ ਉਹ ਆਹ ਆ ਜੀ ਆ ਮਸ਼ਰੂਮ ਜਿਹਾ ਲੱਗਿਆ ਹੈ ਕਿ ਇਹਦੇ ਵਿੱਚ ਆ ਜੋ ਕੁਝ ਹੈਗਾ ਜੀ 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 ਤੇ ਆਪਾਂ ਇਹਦੇ ਬਾਰੇ ਜੇ ਪ੍ਰੋਪਰ ਜਾਣਕਾਰੀ ਦੇਈਏ ਹੈ ਕੀ ਆ ਬਾਈ ਜੀ ਭਾਜੀ ਇਹ ਜਿੱਦਾਂ ਤੁਸੀਂ ਦੇਖਿਆ ਸੀਗਾ ਕਿ ਇਹਦੇ ਤੇ ਪਹਿਲਾਂ ਗੇਅਰ ਵਾਲਾ ਲੱਗਾ ਹੁੰਦਾ ਸੀ ਕਈਆਂ ਕੰਪਨੀਆਂ ਨੇ ਮੋਟਰ ਨਾਲ ਲਾਤਾ ਜੀ ਸਾਡਾ ਕਹਿੰਦਾ ਜੀ ਫੁੱਲੀ ਆਟੋਮੈਟਿਕ ਆ ਕੰਮ ਸਾਰੇ ਫੁੱਲੀ ਆਟੋਮੈਟਿਕ ਕਰਦੇ ਆ ਬਸ ਇਹਦੇ ਵਿੱਚ ਇਹ ਹੈ ਕਿ ਇਹਦਾ ਰਿਸੀਵਰ ਹੈ ਬੇਸ ਸਟੇਸ਼ਨ ਹੈ ਜਿਹਨੇ ਕਿ ਆਪਾਂ ਲੇਜ਼ਰ ਲਾਉਂਦੇ ਹੁੰਦੇ ਸੀਗੇ ਤੇ ਉਹ ਡਿਟੈਕਟ ਕਰਦੀ ਸੀ ਰੇਂਜ ਇਹਨਾਂ ਸੈਟੇਲਾਈਟ ਨੂੰ ਡਿਟੈਕਟ ਕਰਨਾ ਠੀਕ ਹੈ ਜੀ ਇੱਕ ਆਪਾਂ ਬੇਸ ਸਟੇਸ਼ਨ ਤੁਸੀਂ ਦੇਖ ਸਕਦੇ ਆਪਾਂ ਖੇਤ ਦੇ ਉਸ ਖੁੰਜੇ ਦੇ ਲਾਇਆ ਹੋਇਆ ਲੱਤਾਂ ਖੋਲ ਕੇ ਜਿਹੜਾ ਤਰਪਾਈ ਦੇ ਉੱਤੇ ਲਾਇਆ ਉਹਨਾਂ ਆਪਣੀ ਸੈਟੇਲਾਈਟ ਡਿਟੈਕਟ ਕੀਤੀਆਂ ਮਿਨੀਮਮ ਉਹਨੂੰ ਇਸ ਵੇਲੇ 40 ਸੈਟੇਲਾਈਟ ਡਿਟੈਕਟ ਕਰਕੇ ਖੜਾ ਉਹ ਪਰ ਉੱਪਰ 40 ਖੜੀਆਂ ਨੇ ਉੱਪਰ ਖੜੀਆਂ ਉਹਦੇ ਚ ਕੰਟੈਕਟ ਦੇ ਵਿੱਚ ਨੇ ਠੀਕ ਹੈ ਜੀ ਉਹਨਾਂ 40 ਨੇ ਇਹਨੂੰ ਸਿਗਨਲ ਦੇਣਾ ਅੱਛਾ ਅੱਛਾ ਐ ਨਹੀਂ ਕਿ ਇਦਾਂ ਉਹਦਾ ਨਹੀਂ ਜੀ ਉਹ ਉੱਤੋਂ ਹੀ ਆਉਣਾ ਅੱਛਾ ਇਹਨੂੰ ਉੱਤੋਂ ਦੀ ਘੁੰਮ ਕੇ ਆਉਣਾ ਆਹਾ ਠੀਕ ਹੈ ਜੀ ਐਕੋਰੇਸੀ ਦੇ ਮਾਮਲੇ ਦੇ ਵਿੱਚ ਸੈਟੇਲਾਈਟ ਦੇ ਵਿੱਚ ਤੁਸੀਂ ਸਾਰਿਆਂ ਨੂੰ ਜਾਣਦੇ ਵੀ ਮੋਬਾਈਲ ਦੇ ਵਿੱਚ ਜਾਂ ਕਿਤੇ ਵੀ ਹੈਗੀ ਆਪਾਂ ਹੁਣ ਡਿਜੀਟਲ ਜ਼ਮਾਨਾ ਹੋ ਗਿਆ ਸਾਰਾ ਡਿਜੀਟਲ ਤਾਂ ਕਹਿ ਸਕਦੇ ਇੱਕ ਚੀਜ਼ ਐ ਨਾ ਕਿ ਇੱਕ ਉਹਦੀ ਸਿੱਧੀ ਚੀਜ਼ ਜੀ ਇੱਕ ਆਉਂਦੀ ਆ ਬਾਈ ਜੀ ਉਹ ਹੋ ਗਈ ਤਾਂ ਉੱਤੋਂ ਘੁੰਮ ਕੇ ਆਈ ਕਈ ਵਾਰੀ ਸਿੱਧੀ ਚੀਜ਼ ਦੇ ਵਿੱਚ ਡਿਲੇ ਹੁੰਦਾ ਉਹਦੇ ਵਿੱਚ ਨਹੀਂ ਹੋਊਗਾ ਇਹਦੇ ਵਿੱਚ ਤੁਸੀਂ ਕਹਿ ਸਕਦੇ ਕੋਈ ਮਿਲੀ ਸੈਕਿੰਡ ਦਾ ਵੀ ਡਿਲੇ ਹੈ ਨਹੀਂਗਾ 1 ਸੈਕਿੰਡ ਦਾ ਵੀ ਹੈ ਨਹੀਂ 1 ਸੈਕਿੰਡ ਦੇ ਵਿੱਚ ਸੈਕਿੰਡ ਤਾਂ ਬਹੁਤ ਜ਼ਿਆਦਾ ਹੋ ਜਾਂਦਾ 1 ਮਿਲੀ ਸੈਕਿੰਡ ਉਹਦੇ ਵਿੱਚ ਇਹਦੇ ਵਿੱਚ ਮਿਲੀ ਸੈਕਿੰਡ ਦਾ ਵੀ ਡਿਲੇ ਹੈ ਨਹੀਂਗਾ ਆਹਾ ਉਹ ਕਿਉਂਕਿ 40 ਸੈਟੇਲਾਈਟਾਂ ਉਹਦੇ ਲਈ ਕੰਮ ਕਰ ਰਹੀਆਂ ਇਹਦੇ ਲਈ ਇਸ ਵੇਲੇ 40 ਸੈਟੇਲਾਈਟਾਂ ਕੰਮ ਕਰ ਰਹੀਆਂ ਅੱਛਾ ਮਤਲਬ ਆ ਬਾਈ ਗਿੱਠਕ ਦੀ ਚੀਜ਼ ਦੇ ਮਗਰ 40 ਬੰਦੇ ਬੈਠੇ ਹੋ ਆ 40 ਬੰਦੇ ਜਿਹੜੇ ਹੈਗੇ ਨੇ ਜੀ ਉਹਨਾਂ ਦੇ ਪਿੱਛੇ ਦਿਮਾਗ ਪਤਾ ਨਹੀਂ ਕਿੰਨੇ ਦਾ ਉਹ 40 ਨੂੰ ਬਣਾਉਣ ਲਈ ਕਿੰਨਿਆਂ ਨੇ ਦਿਮਾਗ ਲਾਇਆ ਕਿੰਨੀਆਂ ਨੇ ਮਿਹਨਤਾਂ ਲਾਈਆਂ ਉਹ ਵੱਖਰੀ ਚੀਜ਼ ਹੈ ਬਟ ਐਟ ਦੀ ਮੂਮੈਂਟ ਸਾਡੇ ਕੋਲ ਉਹਨਾਂ ਸਾਰਿਆਂ ਦੀ ਮਿਹਨਤ ਜਿਹੜੀ ਹੈ 40 ਦੇ ਬੰਦਿਆਂ ਦੇ ਕੰਮ ਦੇ ਵਿੱਚ ਆ ਰਹੀ ਹੈ ਉਹ ਇੱਥੇ ਆ ਗਈ ਇੱਥੇ ਹੀ ਆ ਗਈ ਇਹਦੇ ਵਿੱਚ ਆ ਗਈ ਹੈ ਅੱਛਾ ਤੇ ਇਹਦਾ ਮਤਲਬ ਆਪਾਂ ਨਾਰਮਲ ਜਿਹੜਾ ਇਹਨਾਂ ਦੇ ਆ ਪਹਿਲੀ ਵਾਰੀ ਲੱਗਿਆ ਹੋਇਆ ਵੈਸੇ ਭਾਜੀ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਫਸਟ ਕੰਪਨੀ ਹੈ ਐਗਰੀ ਜ਼ੋਨ ਜਿਹਨੇ ਇਹਨੂੰ ਲਾਂਚ ਕੀਤਾ ਹੈ ਇਹ ਆਪਾਂ ਪਹਿਲੇ ਬੰਦੇ ਆ ਤੇ ਵੀਡੀਓ ਵੀ ਪਹਿਲੀ ਕਹਿ ਸਕਦੇ ਆ ਮੇਰੇ ਖਿਆਲ ਨਾਲ ਜਿੱਥੇ ਤੱਕ ਮੇਰੀ ਨੋਲੇਜ ਦੇ ਵਿੱਚ ਆਪਾਂ ਪਹਿਲੀ ਦੀ ਇਹਨੂੰ ਕਾਊਂਟ ਕਰ ਸਕਦੇ ਆ ਹਾਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਇਹੋ ਜੀ ਚੀਜ਼ ਲੈ ਕੇ ਆਏ ਆ ਬਾਈ ਜੀ ਐਗਰੀ ਜ਼ੋਨ ਦੇ ਵਿੱਚ ਪਹਿਲੀ ਹੈ ਆਪਣੇ ਐਗਰੀ ਜ਼ੋਨ ਕਰ ਰਿਹਾ ਇਹਨੂੰ ਆਪਣੇ ਜਿੰਨੇ ਵੀ ਲੇਜ਼ਰ ਸਿਸਟਮ ਜਾਂ ਜਿੰਨੇ ਵੀ ਆਉਂਦੇ ਸੀ ਐਗਰੀ ਜ਼ੋਨ ਇਹਨੂੰ ਫਸਟ ਆਫ ਆਲ ਲੈ ਕੇ ਆਇਆ ਤੇ ਫਿਰ ਜਦੋਂ ਇਹਨੂੰ ਚਲਾਉਣਾ ਸੌਖਾ ਕਿ ਔਖਾ ਪਹਿਲੇ ਨਾਲੋਂ ਜਿਹੜਾ ਬੰਦਾ ਮੋਬਾਈਲ ਯੂਜ਼ ਕਰ ਸਕਦਾ ਜਾਂ ਜਿਹਨੇ ਪਹਿਲਾਂ ਯੂਜ਼ ਕੀਤਾ ਹੋਇਆ ਆ ਠੀਕ ਹੈ ਜੀ ਉਹ ਇਹਨੂੰ ਬੜੇ ਈਜ਼ੀਲੀ ਚਲਾ ਸਕਦਾ ਮੋਬਾਈਲ ਤੋਂ ਵੀ ਈਜ਼ੀ ਹੈ ਅੱਛਾ ਜਿਹੋ ਜਿਹਾ ਫੋਨ ਚਲਾ ਲਿਆ ਉਹ ਜਿਹੇ ਚਲਾ ਲਿਆ ਇੱਕੋ ਚੀਜ਼ ਆ ਇੱਕੋ ਚੀਜ਼ ਤੇ ਬਾਕੀ ਇਹ ਚੀਜ਼ ਆ ਇਹ ਤਾਂ ਟੈਕਨੋਲੋਜੀ ਦੀਆਂ ਗੱਲਾਂ ਕਰਦੇ ਆ ਹਨਾ ਦੂਜੀ ਗੱਲ ਹੁੰਦੀ ਲੋਹਾ ਜੱਟਾਂ ਨੂੰ ਲੋਹੇ ਨਾਲ ਪਿਆਰ ਆ ਲੋਹਾ ਨਾਲ ਪਿਆਰ ਆ ਤੇ ਵੈਸੇ ਇਹਦੀ ਮੈਨੂਫੈਕਚਰਿੰਗ ਹੁੰਦੀ ਆ ਪਟਿਆਲੇ ਦੀ ਜੀ ਟੈਕਨੋਲੋਜੀ ਹੈਗੀ ਆ ਜਰਮਨੀ ਟੈਕਨੋਲੋਜੀ ਜਰਮਨ ਦੀ ਹੈ ਟੈਕਨੋਲੋਜੀ ਜਿਹੜੀ ਆ ਆਪਣੇ ਸਿਸਟਮ ਦੀ ਜਿਹੜੀ ਟੈਕਨੋਲੋਜੀ ਆ ਉਹ ਸਾਰੀ ਜਰਮਨ ਦੀ ਹੈ ਤੇ ਲੋਹਾ ਕਿਹੜਾ ਲੱਗਿਆ ਫਿਰ ਇਹਨੂੰ ਲੋਹਾ ਇਹਨੂੰ ਭਾਜੀ ਟੋਟਲੀ ਸਰਟੀਫਾਈਡ ਲੋਹਾ ਲੱਗਦਾ ਹੈ ਇਹ ਨਹੀਂ ਕਿ ਮੰਡੀ ਗੋਬਿੰਦਗੜ੍ਹ ਦਾ ਲੱਗਾ ਹੈ ਟੋਟਲੀ ਸੇਲ ਦਾ ਲੱਗਾ ਹੋਇਆ
ਅੱਛਾ ਲੋਹਾ ਵੀ ਸਰਟੀਫਾਈਡ ਹੈ ਕਿ ਇਹਨੂੰ ਜੰਗ ਨਹੀਂ ਪਊਗਾ ਜੰਗ ਨਹੀਂ ਪਊਗਾ ਪੱਠੀ ਪੇਂਟ ਜਿਦਾ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਕਿ ਪੱਠੀ ਪੇਂਟ ਹੈ ਇਹਦਾ ਪਾਊਡਰ ਕੋਟਡ ਇੰਗਲਿਸ਼ ਦੇ ਵਿੱਚ ਜਿਆਦਾ ਕਰੀਏ ਵੀ ਪਾਊਡਰ ਕੋਟਡ ਹੈ ਜਿਦਾ ਆਪਾਂ ਕਿਤੇ ਜੱਟ ਨੇ ਹੁਣ ਜਿਹਦਾ ਕੰਮ ਖਤਮ ਕਰ ਲਿਆ ਧੋ ਕੇ ਖੜਾ ਕਰਨਾ ਹੈ ਪ੍ਰੈਸ਼ਰ ਨਾ ਦਿੱਤਾ ਤੇ ਤੁਸੀਂ ਕਈ ਵਾਰੀ ਦੇਖੋਗੇ ਰੰਗ ਦੀਆਂ ਪੇਪੜੀਆਂ ਨਿਕਲੀਆਂ ਆਉਂਦੀਆਂ ਇਹਦਾ ਮਤਲਬ ਨਹੀਂ ਜੀ ਪੇਪੜੀਆਂ ਨਿਕਲ ਜਾਣਗੀਆਂ ਤੇ ਫਿਰ ਆਪਾਂ ਕਹਿ ਸਕਦੇ ਵੀ ਕਿਸੇ ਉਰੇ ਆ ਕੇ ਦਿਖਾ ਲੈ ਫਿਰ ਆਪਾਂ ਕਹਿ ਸਕਦੇ ਹਾਂ ਓਕੇ ਟੈਸਟਡ ਆ ਹੈ ਅੱਛਾ ਜੀ ਤੇ ਬਾਕੀ ਇੱਕ ਹੋਰ ਚੀਜ਼ ਦਿਖਾਉਂਦੇ ਤੁਸੀਂ ਕਿ ਆਹ ਜਿਹੜੇ ਕੈਪ ਲੱਗੇ ਹੋਏ ਨੇ ਵਿੱਕੀ ਓਏ ਅੱਛਾ ਲੈ ਵਿੱਕੀ ਸਾਡਾ ਦੇਖ ਕੇ ਨਾ ਸ਼ੇਰ ਕੈਮਰਾ ਫੜ ਕੇ ਐ ਟੱਪੀ ਆਉਂਦਾ ਜਿਹੜੇ ਕੈਪ ਨੇ ਇਹਦਾ ਵੀ ਸੇਫਟੀ ਦੀ ਮੋਸਟਲੀ ਕਿਸੇ ਵੀ ਤੁਸੀਂ ਲੇਜ਼ਰ ਦੇ ਦੇਖਿਓ ਤੁਹਾਨੂੰ ਆਹ ਕੈਪ ਨਹੀਂ ਮਿਲਣਗੇ ਕਿਉਂ ਨਹੀਂ ਮਿਲਣਗੇ ਕਿਉਂਕਿ ਕੰਪਨੀ ਦੇ ਇਹਦੇ ਤੇ ਧਿਆਨ ਹੀ ਨਹੀਂ ਸੀਗਾ ਕਿਸੇ ਦਾ ਵੀ ਕਿਸੇ ਦੇ 6 ਮਹੀਨੇ ਚੱਲਿਆ ਸਾਲ ਚੱਲਿਆ ਟਰੈਕਟਰ ਨੇ ਭਜਾਈ ਰੱਖਿਆ ਆ ਉਹ ਕੈਪ ਹੌਲੀ ਹੌਲੀ ਲੂਜ਼ ਹੋ ਕੇ ਡਿੱਗ ਜਾਂਦੇ ਨੇ ਇਹਦੇ ਤੇ ਬਕਾਇਦਾ ਸੇਫਟੀ ਲਈ ਕੈਪ ਵੀ ਲੱਗੇ ਹੋਏ ਨੇ ਤੁਹਾਡਾ ਟੱਕਰ ਨਹੀਂ ਡਿੱਗੇਗਾ ਲੌਕ ਕਰਤਾ ਜੀ ਉਸ ਚੀਜ਼ ਨੂੰ ਲੌਕ ਕਰਤਾ ਜੀ ਸਤਿਕਾ ਬਾਪੂ ਜੀ ਅੱਛਾ ਤੇ ਹੋਰ ਇਹਦੇ ਵਿੱਚ ਫਿਰ ਆਹ ਫੀਚਰ ਇੱਕ ਆਹ ਦੇਦਾ ਵੀ ਹਾਂਜੀ ਸਮਾਨ ਰੱਖਣ ਨੂੰ ਟੂਲ ਤੁਹਾਡੇ ਕਿਤੇ ਇਨ ਕੇਸ ਤੁਸੀਂ ਕਿਤੇ ਦੂਰ ਜਾਣਾ ਹੈ ਕਿ ਨਹੀਂ ਸਾਰਾ ਕੁਝ ਨੰਗਾ ਲਈ ਜਾ ਸਕਦੇ ਹੋ ਇਹਦੇ ਵਿੱਚ ਕੈਰੀ ਕਰਕੇ ਤੁਸੀਂ ਲਿਜਾ ਸਕਦੇ ਹੋ ਇਹਦੀ ਸੇਫਟੀ ਲਈ ਵੀ ਤੁਹਾਡੇ ਡੱਬੇ ਦੀ ਜਿਹੜੇ ਵੀ ਤੁਸੀਂ ਆਪਣਾ ਟੂਲ ਸਾਂਭਣਾ ਹੈ ਸੇਫਟੀ ਲਈ ਬਕਾਇਦਾ ਉਹਦੇ ਵਿੱਚ ਸਪੰਜ ਲਾ ਦਿੱਤੀ ਕਿ ਤੁਹਾਡੇ ਸਿਸਟਮ ਨੂੰ ਜਾਂ ਡੱਬੇ ਨੂੰ ਕੋਈ ਨੁਕਸਾਨ ਨਾ ਹੋਵੇ ਖੜਕੇ ਨਾ ਵੀ ਕੋਈ ਨੁਕਸਾਨ ਨਾ ਹੋਵੇ ਅੱਛਾ ਇਹ ਵੀ ਲੱਗ ਗਿਆ ਬਾਈ ਜੀ ਇਹਦੇ ਵਿੱਚ ਹਨਾ ਇਹ ਤਾਂ ਆਪਾਂ ਸਾਰਾ ਦਿਖਾਤਾ ਹਨਾ ਜੀ ਬਾਈ ਜੀ ਤੇ ਇਹ ਕਿੰਨੇ ਫੁੱਟ ਭਾਜੀ ਸਰਵਿਸ ਤਾਂ ਦੇਖੋ ਜੀ ਇਹ ਬਾਪੂ ਜੀ ਇਹਨਾਂ ਦਾ ਆ ਇਹ ਇਹਨਾਂ ਨੇ ਹੱਲੇ ਲੈਣਾ ਜੀ ਹੱਲੇ ਦੇਖਣ ਆਏ ਨੇ ਅੱਜ ਅੱਜ ਇਹ ਦੇਖਣ ਆਏ ਨੇ ਉਹ ਤਾਂ ਦੇਖ ਕੇ ਵੈਸੇ ਕੀ ਲੱਗਦਾ ਬਾਪੂ ਜੀ ਇਹ ਹੁਣ ਆਪਣੇ ਕੋਲ ਲੁਧਿਆਣੇ ਤੋਂ ਆਏ ਨੇ ਵਧੀਆ ਹਾਂਜੀ ਪਰ ਨਵੀਂ ਚੀਜ਼ ਆਈ ਆ ਆਹਾ ਜੇ ਤੇ ਇਹਨਾਂ ਦੀ ਡੀਲਿੰਗ ਵਧੀਆ ਰਹੂਗੀ ਪਿੱਛੇ ਆਉਣ ਦੀ ਤੇ ਜੇ ਕੋਈ ਕੰਪਲੇਂਟ ਪੈਂਦੀ ਆ ਹਾਂਜੀ ਤੇ ਫੇਰ ਤੇ ਵਧੀਆ ਵਧੀਆ ਆਹਾ ਤੇ ਜੇ ਇਹਨਾਂ ਵੀ ਖਰਾਬ ਕੀਤਾ ਫਿਰ ਜੀ ਨਹੀਂ ਜੀ ਉਹ ਤਾਂ ਦੇਖੋ ਉਹ ਤਾਂ ਅਸੀਂ ਆਪਾਂ ਪਹਿਲਾਂ ਵੀ ਆਪਣੀ ਸ਼ਾਪ ਤੇ ਬੈਠੇ ਵੀ ਆਪਣੀ ਇਹੀ ਗੱਲ ਹੁੰਦੀ ਸੀ ਵਿਚਾਰਿਆਂ ਦੇ ਥਰੋ ਦੁਕਾਨ ਤੇ ਨਹੀਂ ਨਹੀਂ ਉਹ ਤਾਂ ਦੇਖੋ ਜੀ ਜਿਹੜੀ ਗਾਰੰਟੀ ਹੁੰਦੀ ਹੈ ਨਾ ਜੀ ਉਹ ਤਾਂ ਅਸੀਂ ਤੁਹਾਨੂੰ ਇੰਨੀ ਗਾਰੰਟੀ ਕੰਪਨੀ ਵੱਲੋਂ ਆਪਣੇ ਬੇਸ ਦੇ ਉੱਤੇ ਦੇਈ ਦੀ ਵੀ ਅਸੀਂ ਤੁਹਾਨੂੰ ਪੱਕੇ ਬਿੱਲ ਦੇ ਉੱਤੇ ਪਿੱਛੇ ਲਿਖ ਕੇ ਦੇ ਦਾਂਗੇ ਜੀ ਇੰਨੇ ਚਿਰ ਦੀ ਗਾਰੰਟੀ ਹੈ ਕੋਈ ਬੰਦਾ ਬਿੱਲ ਦੇ ਉੱਤੇ ਲਿਖ ਕੇ ਨਹੀਂ ਦਊਗਾ ਭਾਜੀ ਗਾਰੰਟੀ ਹੈ ਅਸੀਂ ਬਿੱਲ ਦੇ ਉੱਤੇ ਲਿਖ ਕੇ ਦਵਾਂਗੇ ਕਿ ਜੇ ਤੁਹਾਡੇ ਕੋਲ ਬੰਦਾ ਨਹੀਂ ਪੁੱਜਦਾ ਪੀਸ ਸਾਡੇ ਕੋਲ ਖੜਾ ਕਰਕੇ ਆਪਣੇ ਪੈਸੇ ਲੈ ਜਾਓ ਵੈਸੇ ਦੇਖ ਕੇ ਕੀ ਲੱਗਦਾ ਬਾਪੂ ਜੀ ਬੱਲੇ ਆ ਮੈਂ ਆਹ ਦਿਖਾਤਾ ਬਾਈ ਜੀ ਹੁਣ ਇਹਨੂੰ ਕੰਟਰੋਲ ਕਿਵੇਂ ਕਰਨਾ ਹੈ ਯਾਰ ਹੈ ਉਹ ਦੱਸ ਦਈਏ ਆਪਾਂ ਹਾਂਜੀ ਹਾਂਜੀ ਬਾਈ ਤੇ ਬਾਕੀ ਡਿਵਾਈਸ ਲੱਗਿਆ ਇੱਥੇ ਬਾਕੀ ਭਾਜੀ ਜਿੱਦਾਂ ਬਾਕੀ ਸਾਰਿਆਂ ਦੇ ਨਾਰਮਲੀ ਡਿਵਾਈਸ ਕੰਟਰੋਲ ਕਰਨ ਵਾਸਤੇ ਜਿੱਦਾਂ ਵੀ ਉਹਨਾਂ ਸਿਗਨਲ ਦਿੱਤਾ ਜਿਹੜਾ ਆਪਣਾ ਬੇਸ ਸਟੇਸ਼ਨ ਹੈ ਉਹਨਾਂ ਆਪਣੀਆਂ ਸੈਟੇਲਾਈਟਾਂ ਡਿਟੈਕਟ ਕਰ ਲਈਆਂ ਠੀਕ ਹੈ ਜੀ ਦੈਨ ਉਹਨਾਂ ਰਿਸੀਵ ਕਰ ਲਈਆਂ ਹੁਣ ਬਾਕੜ ਨੂੰ ਕਿੱਦਾਂ ਪਤਾ ਲੱਗੇਗਾ ਵੀ ਮੈਂ ਇੱਥੋਂ ਮਿੱਟੀ ਚੱਕਣੀ ਆ ਜਾਂ ਛੱਡਣੀ ਆ ਉਹ ਜਿਹੜਾ ਕਮਾਂਡ ਕਰਨੀ ਇਨ ਕਰਨੀ ਆ ਅੱਛਾ ਉਹਨਾਂ ਰਿਸੀਵ ਸਿਗਨਲ ਦਿੱਤੇ ਆ ਉਹਨਾਂ ਰਿਸੀਵ ਕਰ ਲਿਆ ਠੀਕ ਹੈ ਜੀ ਉਹਨਾਂ ਅੱਗੇ ਸਿਗਨਲ ਦੇਣੇ ਇਹਨੂੰ ਕਿ ਵੀ ਹੁਣ ਇੱਥੇ ਮੈਂ ਇਸ ਵੇਲੇ ਉੱਚਾ ਚੱਲ ਗਿਆ ਆ ਠੀਕ ਹੈ ਜੀ ਇੱਥੋਂ ਤੁਸੀਂ ਹੁਣ ਮਿੱਟੀ ਚੱਕਣੀ ਆ ਪਰ ਬੰਦੇ ਨੇ ਕੰਟਰੋਲ ਕਰਨਾ ਇਹਨੂੰ ਕੰਟਰੋਲ ਮੈਨੂਅਲੀ ਵੀ ਕਰ ਸਕਦੇ ਆਟੋ ਤੇ ਵੀ ਕਰ ਸਕਦੇ ਠੀਕ ਹੈ ਜੀ ਉਹ ਸਾਰਾ ਉਹਦੇ ਤੇ ਨਾਲ ਦੀ ਨਾਲ ਹੀ ਹੈ ਠੀਕ ਹੈ ਜੀ ਮੈਂ ਬਾਕੀ ਬੰਦੇ ਦੇ ਹੱਥ ਆ ਬਾਕੀ ਬੰਦੇ ਦੇ ਹੱਥ ਜਦੋਂ ਵੀ ਵਾਂ ਵੀ ਕਿਤੇ ਜ਼ਿਆਦਾ ਭਰਿਆ ਤੇ ਹਲਕਾ ਜਾਂ ਤਾਂ ਚੱਕ ਲਿਆ ਤੇ ਬਾਗੜ ਕਾਲੀ ਤੋ ਉਹ ਨਾਰਮਲ ਹੈ ਬਾਕੀ ਉਹ ਸਾਰੇ ਚੱਲਦੇ ਚੱਲ ਜਾਂਦਾ ਯਾਰ ਚੱਲ ਜਾਂਦਾ ਇਹਨਾਂ ਵੇ ਗੱਲ ਹੈ ਬਾਈ ਜੀ ਪਿੰਡਾਂ ਵਾਲੇ ਤੁਹਾਡੇ ਨਾਲ ਖੜੇ ਆ ਬਿਲਕੁਲ ਜੀ ਅੱਜ ਇਸੇ ਗੱਲ ਦਾ ਮਾਣ ਹੈ ਕਿ ਵੀ ਅੱਜ ਜੇ ਅਸੀਂ ਇਸ ਲੈਵਲ ਤੱਕ ਪੁੱਜੇ ਤੇ ਇਹਨਾਂ ਪਿੰਡਾਂ ਵਾਲਿਆਂ ਕਰਕੇ ਪੁੱਜੇ ਆ ਤੇ ਇਹਨਾਂ ਪਿੰਡਾਂ ਵਾਲਿਆਂ ਨੇ ਪਹੁੰਚਾਇਆ ਆ ਇਹ ਪਿੰਡਾਂ ਵਾਲਿਆ ਬਾਈ ਜਿੱਥੇ ਖੜ ਗਏ ਉੱਥੇ ਖੜ ਗਏ ਖੜ ਗਏ ਤੇ ਖੜ ਗਏ ਜੀ ਤੇ ਬਾਕੀ ਇਹ ਤਾਂ ਆਪਾਂ ਦਿਖਾਲਤਾ ਬਾਈ ਜੀ ਕਿਹਨਾਂ ਨੂੰ ਹੈ ਜੱਟਾਂ ਨੂੰ ਹਾਂ ਜੱਟਾਂ ਨੂੰ ਖੜ ਗਏ ਜੀ ਤੇ ਜੇ ਇਹਦੀ ਫੇਰ ਆਪਾਂ ਗਾਰੰਟੀ ਕੀ ਆ ਬਾਈ ਵੀਰ ਜੀ 2 ਸਾਲ ਦੀ ਗਾਰੰਟੀ ਹੈ ਵਿਦਆਊਟ ਐਕਸੀਡੈਂਟ ਬਿਨਾਂ ਕਿਸੇ ਐਕਸੀਡੈਂਟ ਤੋਂ ਵਿਦਆਊਟ ਐਕਸੀਡੈਂਟ ਕੋਈ ਇਹ ਨਾ ਹੋਵੇ ਕਿ ਬੰਦਾ ਹੁਣ ਕੱਲ ਨੂੰ ਲਿਆ ਕੇ ਸਿੱਧਾ ਮਾਰੇ ਕੇ ਕੰਧ ਦੇ ਵਿੱਚ ਜਾਂ ਚੱਕ ਕੇ ਮਾਰੇ ਐਕਸੀਡੈਂਟ ਜਾਣ ਬੁੱਝ ਕੇ ਕਰੇ ਤੇ ਉਸ ਚੀਜ਼ ਦੀ ਨਹੀਂ ਮੈਨੂਫੈਕਚਰਿੰਗ ਡਿਫਾਲਟ ਦੇ ਵਿੱਚ ਕੁਝ ਵੀ ਹੁੰਦਾ ਉਹਦੀ 2 ਸਾਲ ਦੀ ਗਾਰੰਟੀ ਹੈ ਅੱਜ ਨਾਲੇ ਆਪਾਂ ਉਧਰ ਜਿਹੜਾ ਡਿਵਾਈਸ ਲਗਾ ਉਹ ਵੀ ਦਿਖਾਉਂਦੇ ਆ ਜਿਵੇਂ ਬਾਈ ਜੀ ਆਪਾਂ ਕਹਿੰਦੇ ਸੀਗੇ ਇਹਦੀ ਗਾਰੰਟੀ ਹੈਗੀ ਆ 2 ਸਾਲ ਦੀ ਹੈ ਨਾ ਐਕਸੀਡੈਂਟਲ ਨਾ ਹੋਵੇ ਪਰ ਇਹ 2 ਸਾਲ ਦੀ ਗਾਰੰਟੀ ਭਾਜੀ ਇੱਕ ਹੁੰਦੀ ਹੈ ਵਾਰੰਟੀ ਇੱਕ ਹੁੰਦੀ ਹੈ ਗਾਰੰਟੀ ਵਾਰੰਟੀ ਦੇ ਵਿੱਚ ਕੀ ਹੁੰਦਾ ਵੀ ਕਿਸੇ ਵੀ ਚੀਜ਼ ਦੇ ਵਿੱਚ ਪ੍ਰੋਬਲਮ ਪਈ ਆ ਉਹਨੂੰ ਆਪਾਂ ਰਿਪੇਅਰ ਕਰਕੇ ਦੇ ਦੇਣਾ ਠੀਕ ਹੈ ਜੀ ਇਹਦੇ ਵਿੱਚ ਰਿਪੇਅਰ ਦਾ ਨਾਂ ਨਹੀਂ ਕੋਈ ਆਪਣੇ ਕੋਲ ਗਾਰੰਟੀ ਦਾ ਮਤਲਬ ਹੈ ਜੀ ਗਾਰੰਟੀ ਆਹਾ ਉਹਨੂੰ ਚੀਜ਼ ਨੂੰ ਪੀਸ ਨੂੰ ਚੇਂਜ ਕਰਕੇ ਦਵਾਂਗੇ ਅੰਗਰੇਜ਼ੀ ਚ ਕਹਿੰਦੇ ਰਿਪਲੇਸ ਕਰਨਾ ਰਿਪਲੇਸ ਕਰਕੇ ਦਵਾਂਗੇ ਜੀ ਤੇ ਗਾਰੰਟੀ ਇਹ ਆ ਕਿ ਜੇ ਕੋਈ ਖਰਾਬ ਇਹਦੇ ਵਿੱਚ ਖਰਾਬੀ ਆਉਂਦੀ ਆ ਹੈ ਜੀ ਬੰਦੇ ਨੂੰ ਇਹ ਨਹੀਂ ਕਿ ਬਾਈ ਜਿਹਦੇ ਕੋਲੋਂ ਲਿਆ ਉਹਨੂੰ ਫੋਨ ਕਰਨਾ ਪੈਣਾ ਕੋਈ ਦਿੱਕਤ ਨਹੀਂ ਤੁਸੀਂ ਸਿੱਧਾ ਕੰਪਨੀ ਨੂੰ ਕੰਟੈਕਟ ਕਰੋ ਜੀ ਅੱਛਾ ਡੀਲਰ ਨੂੰ ਤਾਂ ਤੁਸੀਂ ਕਰੋਗੇ ਡੀਲਰ ਤਾਂ ਤੁਹਾਡੀ ਸਪੋਰਟ ਲਈ ਖੜਾ ਹੀ ਖੜਾ ਆ ਠੀਕ ਹੈ ਜੀ ਅਗਰ ਤੁਹਾਡਾ ਇਨ ਕੇਸ ਕਿਸੇ ਡੀਲਰ ਨਹੀਂ ਸੌਂਦਾ ਤੁਸੀਂ ਡੀਲਰ ਦੀ ਕੰਪਲੇਂਟ ਵੀ ਕੰਪਨੀ ਨੂੰ ਕਰ ਸਕਦੇ ਕੰਪਨੀ ਉਹਦੇ ਤੇ ਡੀਲਰ ਤੇ ਐਕਸ਼ਨ ਲਊਗੀ ਵੀ ਸਾਡੇ ਬੰਦੇ ਦੀ ਸਾਡੇ ਡੀਲਰ ਕਸਟਮਰ ਦੀ ਤੁਸੀਂ ਸੁਣੀ ਕਿਉਂ ਨਹੀਂ ਤੁਸੀਂ ਮੈਨੂੰ ਇੱਕ ਹੋਰ ਚੀਜ਼ ਦੱਸੀ ਸੀਗੀ ਤੁਸੀਂ ਕਿਹਾ ਬਾਈ ਜੀ ਗੱਲਬਾਤ
ਸਾਡੇ ਨਾਲ ਜਿੱਦਾਂ ਹੁਣ ਮੈਂ ਬਾਈ ਹੁਣਾਂ ਨੂੰ ਵੀਡੀਓ ਦੇ ਵਿੱਚ ਦਿਖਾਇਆ ਕਿ ਵੀ ਟੋਲ ਫਰੀ ਨੰਬਰ ਲਿਖਿਆ ਹੋਇਆ ਆ, ਹੁਣ ਅਸੀਂ ਕਸਟਮਰ ਨੂੰ ਬਕਾਇਦਾ ਦੱਸੀਦਾ ਵੀ ਬਈ ਟੋਲ ਫਰੀ ਨੰਬਰ ਹੈ, ਜਦੋਂ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਕੰਪਨੀ ਨੂੰ ਸਿੱਧਾ ਕਾਲ ਕਰ ਸਕਦੇ ਹੋ, ਉੱਤੇ ਛਪਿਆ ਹੋਇਆ। ਕਈਆਂ ਕਸਟਮਰਾਂ ਨੇ ਕੀਤਾ ਕਿ ਕੰਪਨੀ ਨੂੰ ਕਾਲ ਕੀਤਾ, ਕੰਪਨੀ ਵਾਲੇ ਆ ਕੇ ਕਰਕੇ ਚਲੇ ਗਏ, ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ। ਅੱਛਾ, ਕੰਪਨੀ ਦੀ ਸਰਵਿਸ ਦਾ ਅਸੀਂ ਜੇ ਲੈਵਲ ਦਾ ਗੱਲ ਕਰੀਏ ਤਾਂ ਕੰਪਨੀ ਦੀ ਸਰਵਿਸ ਇਸ ਲੈਵਲ ਦੀ ਹੈ ਕਿ ਡੀਲਰ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੰਪਨੀ ਕਰਕੇ ਚਲੇ ਗਈ। ਮਤਲਬ ਇੰਨੀ ਤੇਜ਼ ਸਰਵਿਸ ਆ, ਹੈ ਤੁਹਾਡੀ ਸਿਰਦਰਦੀ ਨਹੀਂ ਗਾ ਕੇ, ਸਾਡੀ ਸਿਰਦਰਦੀ ਸਿਰਫ ਵੀਰੇ ਵੇਚਣ ਦੀ ਹੈ ਤੇ ਕਸਟਮਰ ਸੰਬੰਧੀ ਹੈ, ਕੰਪਨੀ ਵੀ ਜੱਟਾਂ ਰਗੀ ਹੈ ਜਿੱਥੇ ਖੜੀਆਂ ਕਰਦੀ ਆ। ਅੱਛਾ, ਬਾਕੀ ਸਿਸਟਮ ਲੱਗਿਆ ਇੱਥੇ ਆ, ਜਿਹੜਾ ਮੇਨ ਇਹਦਾ ਮਾਸਟਰ ਅਸੀਂ ਕਹਿ ਸਕਦੇ ਉਹ ਆ ਆ। ਅੱਛਾ, ਇਨ ਹੀ ਸਾਰੇ ਸਿਗਨਲਾਂ ਨੂੰ ਡਿਟੈਕਟ ਕਰਕੇ ਇਹੀ ਜਿਹੜਾ ਕਿ ਇਸ ਵੇਲੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਲੈ ਵੀ ਆ ਜਾ ਵੀ ਕਿ ਇਸ ਵੇਲੇ ਆ ਦੇਖੋ ਇਹਦੇ ਤੇ ਲਿਖਿਆ ਹੋਇਆ ਜੀ 37, ਮਤਲਬ 37 ਸੈਟੇਲਾਈਟ, 37 ਸੈਟੇਲਾਈਟ ਇਸ ਵੇਲੇ ਇਨ ਇਹਦੇ ਟੱਚ ਵਿੱਚ ਨੇ, ਇਹਦੇ ਕੰਟੈਕਟ ਵਿੱਚ ਨੇ, ਉੱਪਰ ਘੁੰਮਦੀਆਂ ਪਈਆਂ, ਉੱਪਰ ਜਿਹੜੀਆਂ ਘੁੰਮਦੀਆਂ ਪਈਆਂ ਇਹ ਵਧਣਗੀਆਂ ਵੀ। ਅੱਛਾ, ਵਧੂਗੀਆਂ ਵੀ, ਇਹ ਵਧਣਗੀਆਂ ਵੀ ਜਿੱਦਾਂ ਜਿੱਦਾਂ ਮੌਸਮ ਸਾਫ ਹੋਏਗਾ ਵਧਣਗੀਆਂ ਇਹ। ਅੱਛਾ, ਕਿਉਂਕਿ ਅੱਜ ਮੀਂਹ ਦਾ ਮੌਸਮ ਹੈ, ਅੱਜ ਮੀਂਹ ਦਾ ਮੌਸਮ ਹੈ, ਤੁਹਾਡੇ ਸਾਹਮਣੇ ਮੀਂਹ ਦੇ ਵਿੱਚ ਲਾਇਆ ਹੋਇਆ, ਵਾਟਰਪਰੂਫ, ਡਸਟਪਰੂਫ, ਰਸਟਪਰੂਫ, ਹਰ ਇੱਕ ਤਰ੍ਹਾਂ ਦੇ ਕਹਿ ਸਕਦੇ, ਪਾਣੀ ਡੁੱਲ ਜੇ ਪੈ ਜੇ ਕੋਈ ਦਿੱਕਤ ਹੀ ਨਹੀਂ, ਕੋਈ ਚੱਕਰ ਹੀ ਨਹੀਂ ਵੀਰੇ। ਅੱਛਾ, ਕੋਈ ਚੱਕਰ ਨਹੀਂ ਨਾ, ਹੈ ਕੀ ਕੈਮਰਾ ਸਾਫ ਕਰਾਂ, ਮੈਂ ਕਿਹਾ ਸਾਲਾ ਗੰਦੇ ਗੰਦੇ ਇਸ਼ਾਰੀ ਮਾਰੀ ਜਾਂਦਾ ਕੈਮਰੇ ਪਿੱਛੋਂ। ਅੱਛਾ, ਕਿਉਂਕਿ ਮੀਂਹ ਪੈਂਦਾ ਤਾਂ ਕਰਕੇ। ਅੱਛਾ, ਇੱਕ ਤਾਂ ਵਾਟਰਪਰੂਫ ਆ, ਵਾਟਰਪਰੂਫ, ਡਸਟਪਰੂਫ ਆ, ਡਸਟਪਰੂਫ ਆ, ਰਸਟਪਰੂਫ ਆ, ਰਸਟਪਰੂਫ ਹੈ ਜੀ, ਹੈ ਮਤਲਬ ਸਾਰੇ ਪਾਸਿਓਂ ਪਰੂਫ ਆ, ਹੈ ਪੂਰੇ ਪਾਸੇ, ਜਿੱਥੇ ਮਰਜ਼ੀ ਤੁਹਾਡੇ ਸਾਹਮਣੇ। ਅੱਜ ਬਾਰਿਸ਼ ਦਾ ਮੌਸਮ ਹੈ, ਤੁਸੀਂ ਦੇਖ ਰਹੇ ਹੋ ਬਾਰਿਸ਼ ਦੇ ਵਿੱਚ ਵੀ ਲੱਗਾ ਹੋਇਆ ਹੈ, ਡੈਮੋ ਵੀ ਜਿਹੜੀ ਅਸੀਂ ਕਰ ਰਹੇ ਹਾਂ ਜਾਂ ਕਸਟਮਰ ਅਸੀਂ ਅੱਜ ਇਕੱਠੇ ਕਰਕੇ ਦਿਖਾ ਰਹੇ ਹਾਂ, ਦੇ ਰਹੇ ਹਾਂ, ਅੱਜ ਨਾਲ ਦੇ ਨਾਲ ਡਿਲੀਵਰੀ ਵੀ ਹੈ। ਭਾਜੀ ਵਰਕੇ ਦੇ ਵਿੱਚ ਜੋ ਵੀ ਸੈਟਿੰਗ ਆ, ਫ੍ਰੀਕੁਐਂਸੀ ਸਾਰੀਆਂ ਸੈੱਟ ਹੋਈਆਂ ਕੰਪਨੀ ਵੱਲੋਂ ਹੋਈਆਂ, ਜਸ ਤੁਸੀਂ ਇਹਦੀਆਂ ਤਾਰਾਂ ਲਾਉਣੀਆਂ ਤੇ ਨੂੰ ਆਨ ਕਰ ਤੇ। ਬੈਟਰੀ ਕਿੰਨੇ ਵੋਲਟ ਦੀ ਲਾਈ ਦੇ? 12 ਵੋਲਟ ਦੀ ਵੀਰੇ। ਠੀਕ ਹੈ ਜੀ, 12 ਵੋਲਟ 7 ਐਂਪੀਅਰ ਦੀ ਬੈਟਰੀ, ਇਹ ਇਨਕਲੂਡਿਡ ਆ ਸਾਰਾ, ਇਹ ਸਾਰਾ ਕੁਝ ਇਨਕਲੂਡਿਡ ਅਸੀਂ ਨਾਲ ਦੇਈਦਾ ਸਰ। ਤੇ ਮਤਲਬ ਘਰੇ ਜਾ ਕੇ ਪਹਿਲਾਂ ਤੁਸੀਂ ਸਿਖਾਓਗੇ ਬੰਦਿਆਂ ਨੂੰ ਭਾਈ ਜੀ ਕਿਵੇਂ ਚਲਾਉਣਾ ਕਿ ਕੰਪਨੀ ਵਾਲੇ ਦੱਸਣਗੇ? ਕੰਪਨੀ ਵਾਲੇ ਆਉਣਗੇ ਵੀਰੇ। ਅੱਛਾ, ਕੰਪਨੀ ਵਾਲੇ ਆ ਕੇ ਇੰਸਟਾਲ ਕਰਕੇ ਖੇਤ ਦੇ ਵਿੱਚ, ਜਿੱਦਾਂ ਅੱਜ ਅਸੀਂ ਇੱਥੇ ਖੜੇ ਆ, ਕੰਪਨੀ ਵਾਲੇ ਆ ਕੇ ਚਾਲੂ ਕਰਕੇ ਤੁਹਾਨੂੰ ਦੱਸ ਕੇ ਜਾਣਗੇ ਕਸਟਮਰ ਨੂੰ ਵੀ ਇਦਾਂ ਇਦਾਂ ਚਲਾਉਣਾ ਆ। ਅੱਛਾ, ਉਸ ਤੋਂ ਬਾਅਦ ਵੀ ਅਗਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ, ਅਸੀਂ ਉਹਦੇ ਲਈ ਸਪੋਰਟ ਲਈ ਖੜੇ ਆ। ਠੀਕ ਹੈ ਜੀ, ਅਗਰ ਸਾਡੇ ਤੋਂ ਉੱਤੇ ਦੀ ਕੰਮ ਹੋਏਗਾ ਫਿਰ ਦੈਨ ਕੰਪਨੀ ਵਾਲੇ ਫਿਰ ਆਉਣਗੇ, ਉਹ ਚਾਹੇ ਤੁਸੀਂ ਇੱਕ ਵਾਰੀ ਸੱਦ ਲਓ ਚਾਹੇ 10 ਵਾਰੀ ਸੱਦ ਲਓ, ਫ੍ਰੀ ਆਫ ਕੋਸਟ, ਕੋਈ ਦਿੱਕਤ ਨਹੀਂ। ਆਉਣ ਦਾ ਕੋਈ ਖਰਚਾ ਨਹੀਂ ਹੈਗਾ, ਕੋਈ ਖਰਚਾ ਨਹੀਂ, ਨਾ ਸਰਵਿਸ ਦਾ ਕੋਈ ਖਰਚਾ ਹੈ। ਅੱਛਾ, ਸਰਵਿਸ ਦਾ ਵੀ ਜਿੰਨਾ ਚਿਰ ਗਰੰਟੀ ਹੈ, ਵਿਦਆਊਟ ਐਨੀ, ਤੁਹਾਡਾ 1 ਰੁਪਈਏ ਦਾ ਖਰਚਾ ਨਹੀਂ ਹੈਗਾ, ਕੋਈ ਬੰਦੇ ਦਾ ਚਾਰਜ ਨਹੀਂ, ਕੋਈ ਪਾਰਟਸ ਦਾ ਚਾਰਜ ਨਹੀਂ। ਅੱਛਾ, ਤੇ ਬਾਕੀ ਆਏਗੇ ਨੂੰ ਚਾਹ ਪਾਣੀ ਤੁਸੀਂ ਪੁੱਛਣੀ, ਬਾਕੀ ਉਹ ਤਾਂ ਜ਼ਰੂਰੀ ਹੈ, ਚਾਹ ਪੀਓ, ਕੌਫੀ ਪੀਓ, ਅਵੇਲੇਬਲ ਹੈ ਸਭ। ਤੇ ਬਸ ਐ ਆ ਕਿ ਇਹਦੇ ਉੱਪਰ ਜੇ ਆਪਾਂ ਹੱਥ ਰੱਖਦੇ ਵੀ ਕਿਸੇ ਇੱਕ ਹੋਰ ਚੀਜ਼ ਦਿਖਾਉਨੇ ਆ, ਹੈ ਕਿ ਇਹਨੂੰ ਰੱਖਣਾ ਕਿਵੇਂ ਆ ਬਾਈ ਜੀ? ਜਿਸ ਇਸ ਵੇਲੇ ਜਿਸ ਹਾਲਤ ਦੇ ਵਿੱਚ ਖੜਾ ਜੀ, ਐਂ ਰੱਖਣਾ ਜਿਹਦੇ ਉੱਪਰ ਮੈਂ ਹੱਥ ਰੱਖ ਦਿੰਨਾ, ਇਸ ਵੇਲੇ ਸਿਗਨਲ ਫਿਰ ਸੈਟੇਲਾਈਟ ਡ੍ਰੌਪ ਹੋਣਗੇ। ਅੱਛਾ, ਫਿਰ ਤੇ ਸੈਟੇਲਾਈਟ ਡ੍ਰੌਪ ਹੋਣਗੇ, ਕਿਉਂਕਿ ਹਾਂਜੀ ਇਸ ਵੇਲੇ 21 ਸੈਟੇਲਾਈਟ ਦੇ ਉੱਤੇ ਕੰਮ ਕਰ ਰਿਹਾ, ਜਦੋਂ ਮੈਂ ਹੱਥ ਚੱਕ ਲਿਆ ਨਾਲ ਹੀ ਇਨਕਰੀਜ਼ ਹੋਣੇ ਸ਼ੁਰੂ ਹੋ ਗਏ ਜੀ, ਆਪਣੇ 36 ਇਨਕਰੀਜ਼ ਸੈਟੇਲਾਈਟ ਦੇ ਵਿੱਚ ਹੋ ਗਏ, ਕਿਉਂਕਿ ਇਹ ਆਪਣਾ ਹੈਗਾ ਬੇਸ ਮੇਨ, ਇੰਨੀ ਹੀ ਰਿਸੀਵਰ ਡਿਟੈਕਟ ਕਰਨੇ ਸਾਰੇ ਸਿਗਨਲ, ਇੰਨੀ ਹੀ ਡਿਟੈਕਟ ਕਰਨੇ, ਇਹ ਕੋਚ ਸਾਹਿਬ ਆ, ਇਹੀ ਕੋਚ ਹੈ ਜਿਹਨ ਸਾਰੀ ਸਿੱਖਿਆ ਦੇਣੀ ਆ ਵੀ ਕਿੱਦਾਂ ਕਰਨਾ। ਠੀਕ ਆ ਜੀ, ਤੇ ਜੇ ਬਾਕੀ ਉਧਰ ਚੱਲੀ ਜਾਂਦਾ ਹੈ, ਉਹ ਦੇ ਉਧਰ ਰੌਣਕ ਲੱਗ ਗਈ ਆ ਹੁਣ, ਜਿਨ੍ਹਾਂ ਬੰਦਿਆਂ ਨੇ ਲੈਣਾ ਆ, ਜਿਹੜੇ ਦੇਖਣ ਆਏ ਆ, ਜਿਹੜੇ ਦੇਖਣ ਆਏ ਨੇ। ਠੀਕ ਆ ਜੀ, ਤੇ ਬਾਕੀ ਭਾਈ ਇਹ ਤਾਂ ਆਪਾਂ ਸਾਰਾ ਦਿਖਾਲਤਾ, ਲੋਹਾ ਵੀ ਦਿਖਾਲਤਾ, ਟੈਕਨੋਲੋਜੀ ਵੀ ਦਿਖਾਲਤੀ ਹੈ, ਰਿਵਿਊ ਵੀ ਦਿਖਾਲਤਾ, ਹੁਣ ਬਾਕੀ ਗੱਲ ਰਹਿ ਜਾਂਦੀ ਪੈਸੇ ਤੇ, ਕਿ ਬਾਕੀ ਪੈਸੇ ਕਿੰਨੇ ਲੱਗਦੇ ਬਾਈ ਜੀ ਇੱਥੇ? ਵੀਰ ਜੀ ਪੈਸੇ ਜੇ ਕਈ ਇੱਕ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ, ਆਈਏ ਤਾਂ ਪੈਸੇ ਕੋਈ ਜ਼ਿਆਦਾ ਨਹੀਂ ਇਹਦੇ ਹੈਗੇ। ਨੋਰਮਲੀ ਆਪਾਂ ਜਦੋਂ ਪਹਿਲਾਂ ਗੱਲ ਕਰਦੇ ਹੁੰਦੇ ਸੀਗੇ ਕਿ ਮੈਂ ਚਲੋ ਨਾਮ ਨਹੀਂ ਲਵਾਂਗਾ ਵੀਡੀਓ ਦੇ ਵਿੱਚ, ਕੋਈ ਕੰਪਨੀਆਂ ਹੁੰਦੇ ਆ ਕਿ ਮਾਈਂਡ ਕਰ ਜਾਣ, ਉਹਨਾਂ ਨੇ ਆਪਣੇ 4-4 ਲੱਖ ਦੇ ਵੀ ਵੇਚੇ ਹੋਏ ਨੇ, 4-4 ਲੱਖ ਦੇ, 4-4 ਲੱਖ ਦੇ ਵੇਚੇ ਹੋਏ ਨੇ। 4 ਲੱਖ ਦਾ ਕੀ ਹੈ ਇਹ 'ਚ? ਇਸ ਵੇਲੇ ਵਿਕਦੇ ਵੀ ਨੇ, ਕਸਟਮਰ ਲੈਂਦੇ ਵੀ ਨੇ, ਇਸ ਵੇਲੇ ਵਿਕਦੇ ਵੀ ਨੇ ਵੀਰੇ। ਠੀਕ ਹੈ ਜੀ, ਤੇ ਇਹ ਆਪਣਾ ਜਿਹੜਾ ਕੰਪਨੀ ਨੇ ਇਹਦਾ ਪ੍ਰਾਈਸ ਰੱਖਿਆ ਹੋਇਆ 360 ਦੀ ਡਿਮਾਂਡ ਕਰਦੇ ਨੇ ਇਹਦੀ, 360 ਦੀ ਡਿਮਾਂਡ ਕਰਦੇ, 360,000 ਦੀ ਕੰਪਨੀ ਡਿਮਾਂਡ ਕਰਦੀ ਹੈ GPS ਸਿਸਟਮ ਦੇ ਨਾਲ। GPS ਸਿਸਟਮ ਇਹਦੇ ਵਿੱਚ ਆਪਣੇ 2 ਸਿਸਟਮ ਹੋਰ ਹੁੰਦੇ ਜੋ ਇੱਕ ਰੈਗੂਲਰ ਜਿਹੜੇ ਸਾਰੀਆਂ ਕੰਪਨੀਆਂ ਦੇ ਰਹੀਆਂ, ਇੱਕ ਇਹਦੇ ਵਿੱਚ ਆਪਣੇ ਕੋਲ ਸਿਸਟਮ ਹੋਰ ਆ ਜਾਂਦਾ ਵਾਈਫਾਈ ਸਿਸਟਮ।
ਅੱਛਾ ਠੀਕ ਹੈ ਜੀ ਵਾਈਫਾਈ ਸਿਸਟਮ ਦੀ ਯਾਨੀ ਕਿ ਤੁਸੀਂ ਕਹਿ ਲਓ ਕਿ ਜਿੱਦਾਂ ਲੇਜ਼ਰ ਪਹਿਲਾਂ ਨੋਰਮਲ ਰੈਗੂਲਰ ਸਿਸਟਮ ਹੈ ਹਰ ਇੱਕ ਨੂੰ ਔਨ ਕਰਨਾ ਪੈਂਦਾ ਹੁੰਦਾ ਸਾਰਾ ਕੁਝ ਕਰਨਾ ਉਹ ਤੁਸੀਂ ਆਪਣਾ ਟਰੈਕਟਰ ਦੇ ਬੈਠੇ ਉਹਨੂੰ ਵੀ ਕੰਟਰੋਲ ਕਰ ਸਕਦੇ ਹੋ ਵਾਈਫਾਈ ਦੇ ਨਾਲ ਅੱਛਾ ਐਡੀਸ਼ਨਲ ਲਗਾਉਣਾ ਪੈਣਾ ਆ ਉਹ ਆਲਰੇਡੀ ਹੈ ਦੋ ਸਿਸਟਮ ਹੈਗੇ ਇੱਕ ਰੈਗੂਲਰ ਹੈ ਇੱਕ ਵਾਈਫਾਈ ਵਾਲਾ ਇੱਕ ਵਾਈਫਾਈ ਵਾਲਾ ਅੱਛਾ ਠੀਕ ਹੈ ਜੀ ਜਿਹੜਾ ਨੋਰਮਲ ਸਿਸਟਮ ਦੀ ਕੰਪਨੀ ਡਿਮਾਂਡ ਕਰਦੀ ਉਹ ਤਕਰੀਬਨ 280 ਦੀ ਆਪਾਂ ਡਿਮਾਂਡ ਕਰੀ ਦੀ ਉਹਦੀ ਕੰਪਨੀ ਵੱਲੋਂ ਠੀਕ ਹੈ ਜੀ ਤੇ ਜਿਹੜਾ ਵਾਈਫਾਈ ਵਾਲਾ ਉਹ 290 ਜਾਂ ਕਹਿ ਲਓ ਜਾਂ 3 ਦੇ ਵਿੱਚ ਕਹਿ ਲਓ ਬਾਕੀ ਤੁਹਾਨੂੰ ਪਤਾ ਮੌਕੇ ਦੇ ਉੱਤੇ ਜਿਹੜਾ ਕੋਈ ਮੇਰਾ ਭਰਾ ਵੀਡੀਓ ਦੇਖਦਾ ਹੋਏਗਾ ਲਾਈਕ ਕਰ ਦੇਵੇ ਸ਼ੇਅਰ ਕਰ ਦੇਵੇ ਤੇ ਉਹਨੂੰ ਹੋਰ ਡਿਸਕਾਊਂਟ ਦੇ ਦੇਵਾਂਗੇ ਕੋਈ ਦਿੱਕਤ ਨਹੀਂ ਜਿਆਦਾ ਨਹੀਂ ਬਾਕੀ ਬਾਈ ਜੱਟਾਂ ਨੂੰ ਥੋੜਾ ਜਿਹਾ ਬਾਰਗਨ ਕਰਨਾ ਹੁੰਦਾ ਉਹ ਕਰ ਲੈ ਅੱਛਾ ਉਹ ਚੱਲੀ ਜਾਂਦਾ ਬਾਈ ਜੀ ਹੈ ਅੱਛਾ ਇਹ ਕਿੰਨੇ ਫੁੱਟ ਲੱਗੇ ਆ ਇਹ 8 ਫੁੱਟ ਬਕਟ ਆ ਵੀਰੇ ਅੱਛਾ ਇਹ 8 ਫੁੱਟ ਵਾਲੀ ਬਕਟ ਆ ਹਾਂਜੀ ਇਹ ਤੋਂ ਛੋਟਾ ਸਾਈਜ਼ ਹੈਗਾ ਇਸ ਤੋਂ ਬਾਅਦ ਜਿਹੜੇ ਰੈਗੂਲਰ ਸਾਈਜ਼ ਹੁੰਦੇ ਵੀਰੇ 7 ਤੇ 8 ਹੀ ਚੱਲਦੇ ਆ 7 ਚੱਲਦਾ ਇਹ ਕਸਟਮਰ ਦੀ ਡਿਮਾਂਡ ਦੇ ਉੱਤੇ ਉਹਨਾਂ ਨੂੰ 8 ਫੁੱਟ ਚਾਹੀਦਾ ਉਹਨਾਂ ਨੇ ਪਰਸਨਲ ਯੂਜ਼ ਵਾਸਤੇ ਲੈਣਾ ਕਿਰਾਏ ਵਾਸਤੇ ਨਹੀਂ ਲੈਣਾ ਅੱਛਾ ਪਰਸਨਲ ਯੂਜ਼ ਵਾਸਤੇ ਆ ਟਰੈਕਟਰ ਇਹਨੂੰ ਕਿੰਨੇ ਐਚਪੀ ਚਾਹੀਦਾ ਫਿਰ ਟਰੈਕਟਰ ਵੀਰੇ ਤੁਸੀਂ ਮੰਨ ਕੇ ਚੱਲੋ ਵੀ 45 ਤੋਂ 50 ਹਾਰਸ ਪਾਵਰ ਤੋਂ ਉੱਪਰ ਕੋਈ ਵੀ ਚਲਾ ਸਕਦਾ ਹੈ ਕੋਈ ਵੀ ਚਲਾ ਸਕਦਾ ਹਾਂਜੀ 50 ਹਾਰਸ ਪਾਵਰ ਤੋਂ ਉੱਪਰ ਤੁਸੀਂ ਮੰਨ ਕੇ ਚੱਲੋ 45 ਚਲੋ ਨਾ ਕਾਊਂਟ ਕਰੋ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਬਾਗੜ ਜ਼ਿਆਦਾ ਭਰੀ ਹੈ ਤੇ ਟਰੈਕਟਰ ਸਲਿੱਪ ਮਾਰ ਜਾਂਦਾ ਹੈ ਤੇ ਉਹਦੇ ਕਰਕੇ 50 ਤੋਂ ਪਲੱਸ ਤੁਸੀਂ ਮੰਨ ਕੇ ਚੱਲੋ 50 ਤੋਂ ਪਲੱਸ ਚਾਹੀਦਾ ਤੇ ਮੈਕਸਿਮਮ ਸਾਈਜ਼ ਸਾਡੇ ਕੋਲ ਕਿਹੜਾ ਅਵੇਲੇਬਲ ਹੁੰਦਾ ਸਾਡੇ ਕੋਲ ਭਾਜੀ ਐਟ ਦੀ ਮੋਮੈਂਟ ਜੋ ਰੈਗੂਲਰ ਸਾਈਜ਼ ਨੇ 7 8 ਤੇ 9 7 8 9 ਮਿਲ ਜੂਗਾ ਉਹ ਅਵੇਲੇਬਲ ਹੁੰਦੇ ਨੇ ਬਾਕੀ ਜੇ ਕਿਸੇ ਨੇ ਵੀਰ ਨੇ 12 ਫੁੱਟ ਲੈਣਾ ਹੋਵੇ 10 ਫੁੱਟ ਲੈਣਾ ਹੋਵੇ ਉਹ ਫਿਰ ਕਸਟਮਾਈਜ਼ ਹੁੰਦੇ ਨੇ ਉਹ ਮਗਵਾ ਦੀ ਦੇ ਨੇ ਅੱਛਾ ਮੈਂ ਕਸਟਮਾਈਜ਼ੇਸ਼ਨ ਕਰਕੇ ਵੀ ਤੁਸੀਂ ਉਹਨੂੰ ਦੇ ਸਕਦੇ ਆ ਮਿਲ ਸਕਦੇ ਤੇ ਬਾਕੀ ਮਿੱਤਰੋ ਗੱਲਬਾਤ ਐ ਆ ਤੁਹਾਨੂੰ ਸੰਦ ਸਿਹੜੇ ਸਾਰੇ ਇਦਾਂ ਦੇ ਨਵੇਂ ਨਵੇਂ ਬਾਈ ਹੁਣਾਂ ਦੇ ਨਾਲ ਹੋਰ ਵੀ ਦਿਖਾਵਾਂਗੇ ਜਦੋਂ ਅਗਲੀ ਵਾਰੀ ਲਾਂਚ ਕਰਨਗੇ ਵੈਸੇ ਇਹ ਤਾਂ ਆਪਾਂ ਦਿਖਾ ਲਦਾ ਕਿ ਸਾਡੇ ਕੋਲੇ ਕਰਾ ਆ ਬਾਈ ਲੇਜ਼ਰ ਜੀਪੀਐਸ ਹੈ ਲੇਜ਼ਰ ਜੀਪੀਐਸ ਹੁਣ ਕਹਿੰਦਾ ਲੇਜ਼ਰ ਕਰਾ ਨਹੀਂ ਕਹਿੰਦਾ ਲੇਜ਼ਰ ਨਹੀਂ ਇਹ ਜੀਪੀਐਸ ਸਿਸਟਮ ਦੇ ਅੱਛਾ ਇਹ ਜੀਪੀਐਸ ਸਿਸਟਮ ਹਾਂਜੀ ਇਹਦੇ ਨਾਲ ਲੇਜ਼ਰ ਦਾ ਕੋਈ ਕੰਟੈਕਟ ਨਹੀਂ ਹੈਗਾ ਅੱਛਾ ਲੇਜ਼ਰ ਇਹ ਚੋਂ ਕੱਢ ਦਈਏ ਕੰਮ ਲੇਜ਼ਰ ਕਰ ਦਈਏ ਜੀਪੀਐਸ ਲੈਂਡ ਲੈਵਲਿੰਗ ਸਿਸਟਮ ਹੈ ਹਾਂ ਜੀਪੀਐਸ ਲੈਂਡ ਲੈਵਲਿੰਗ ਸਿਸਟਮ ਹੈ ਅੰਗਰੇਜ਼ੀ ਪੂਰੀ ਮਿੱਤਰੋ ਤੇ ਬਾਕੀ ਗੱਲ ਬਤਾ ਹੁਣ ਟੈਕਨੋਲੋਜੀ ਦੇ ਨਾਲ ਨਾਲ ਥੋੜੀ ਜਿਹੀ ਆਪ ਨੂੰ ਵੀ ਅਪਗ੍ਰੇਡ ਕਰਨਾ ਪੈਂਦਾ ਫਿਰ ਨਾਲ ਇੰਗਲਿਸ਼ ਨਿਕਲ ਆਉਂਦੀ ਹੈ ਤੇ ਬਾਕੀ ਗੱਲਾਂ ਬਾਤਾਂ ਐ ਆ ਤੇ ਇੰਪਲੀਮੈਂਟ ਇਹੀ ਨਹੀਂ ਕੱਲੇ ਜੇ ਹੋਰ ਕਿਸੇ ਨੇ ਲੈਣਾ ਹੋਵੇ ਬਾਈ ਜੀ ਆਪਣੇ ਕੋਲ ਵੀਰੇ ਖੇਤੀਬਾੜੀ ਦਾ ਹਰ ਇੱਕ ਇੰਪਲੀਮੈਂਟ ਮਿਲੇਗਾ ਜਿੱਦਾਂ ਹੁਣ ਸੀਜ਼ਨ ਆ ਰਿਹਾ ਆਪਣੇ ਅੱਗੇ ਸਟੋਰ ਰੀਪਰ ਦਾ ਸੀਜ਼ਨ ਆ ਰਿਹਾ ਹੁਣ ਜਿੱਦਾਂ ਡਿੱਗਰ ਆਲੂਆਂ ਦਾ ਸੀਜ਼ਨ ਗਿਆ ਪਟਾਟੋ ਡਿੱਗਰ ਮਿਲਣਗੇ ਆਪਣੇ ਕੋਲੋਂ ਗਵਰਨਮੈਂਟ ਤੋਂ ਸਰਟੀਫਾਈਡ ਮਿਲਣਗੇ ਇਹਨਾਂ ਦੇ ਉੱਤੇ ਸਬਸਿਡੀ ਵੀ ਅਵੇਲੇਬਲ ਅੱਛਾ ਸਬਸਿਡੀ ਕਿੰਨੀ ਆ ਸਬਸਿਡੀ ਪਈ ਜਿੱਦਾਂ ਹੁਣ ਗਵਰਨਮੈਂਟ ਦੀ ਇਸ ਮੈਮ ਸਕੀਮ ਚੱਲ ਰਹੀ ਆ ਉਹਦੇ ਵਿੱਚ ਜਨਰਲ ਨੂੰ ਹੈਗੀ ਆ 40% ਅੱਛਾ ਤੇ ਐਸਸੀ ਬੀਸੀ ਨੂੰ ਹੈਗੀ 50% ਅੱਛਾ ਮਤਲਬ ਕਿ ਜੋ ਵੀ ਗਵਰਨਮੈਂਟ ਦੀ ਸਕੀਮ ਦੇ ਅਧੀਨ ਆਉਂਦੀ ਆ ਵੀ ਆਪਾਂ ਇੰਨੀ ਸਬਸਿਡੀ ਦੇਵਾਂਗੇ ਅਪਰੂਵਡ ਨੇ ਸਬਸਿਡੀ ਅਪਰੂਵਡ ਨੇ ਇਹਨਾਂ ਦੇ ਉੱਤੇ ਬਕਾਇਦਾ ਤੁਹਾਨੂੰ ਸਬਸਿਡੀ ਮਿਲੇਗੀ ਅੱਛਾ ਮਤਲਬ ਇਹ ਗੱਲ ਵੈਸੇ ਪਹਿਲਾਂ ਕਰਨ ਵਾਲੀ ਸੀ ਆਪਾਂ ਬਾਅਦ ਚੋਂ ਕਰ ਰਹੇ ਚਲੋ ਜਿੱਦਾਂ ਜਿੱਦਾਂ ਯਾਦ ਹੁੰਦਾ ਲੈ ਵੀ ਮਤਲਬ ਕਈ ਗੱਲਾਂ ਦੇ ਵਿੱਚ ਗੱਲ ਭੁੱਲ ਵੀ ਜਾਂਦੀ ਹੈ ਇਹ ਗੱਲਾਂ ਚੱਕ ਕੇ ਵਿੱਕੀ ਸਾਹ ਮੂਹਰੇ ਲਾ ਦੀ ਜੀ ਜੀ ਮੋਰੇ ਲਾ ਦਾਂਗੇ ਉਹਨੇ ਜੈਸ ਕਰਤੀ ਆ ਤੇ ਬਾਕੀ ਇਦੂ ਇਲਾਵਾ ਹੋਰ ਗੱਲ ਆ ਕਿ ਆਪਾਂ ਹੁਣ ਐਗਰੀ ਜ਼ੋਨ ਦੀ ਗੱਲ ਤਾਂ ਕਰਦੇ ਸੀਗੇ ਜੀ ਜੀ ਐਗਰੀ ਜ਼ੋਨ ਤੋਂ ਇਲਾਵਾ ਹੋਰ ਕੰਪਨੀਆਂ ਵੀ ਹੈਗੀਆਂ ਨੇ ਜੇ ਹੁਣ ਇਹ ਤਾਂ ਗੱਲ ਹੈਗੀ ਕਿ ਨਵਾਂ ਸੰਦ ਆਪਣੇ ਕੋਲ ਹੈ ਨਾ ਕਈਆਂ ਦੇ ਕੋਲ ਹੋਰ ਕੰਪਨੀਆਂ ਦੇ ਵੀ ਖੜੇ ਨੇ ਜੀ ਆਪਾਂ ਗੱਲ ਕਰਦੇ ਰਿਪੇਅਰਿੰਗ ਵਾਲਾ ਵੀ ਕਿਸੇ ਗੱਲ ਨਾਲ ਆਪਣੇ ਕੋਲ ਰਿਪੇਅਰਿੰਗ ਵਾਲਾ ਵੀ ਉਹ ਵੀ ਕਰਦੇ ਨੇ ਆਪਣੇ ਕੋਲ ਹੁਸ਼ਿਆਰਪੁਰ ਪੂਰਾ ਸੈਟਅਪ ਲੱਗਾ ਹੋਇਆ ਆਪਣੇ ਦੋ ਸੈਟਅਪ ਨੇ ਇੱਕ ਇੱਥੇ ਟਾਂਡਾ ਔਰਮੋੜ ਦੇ ਵਿੱਚ ਨੇ ਔਰ ਦੂਸਰਾ ਸੈਟਅਪ ਹੈਗਾ ਆਪਣਾ ਪੁਰਹਿਰਾ ਬਾਈਪਾਸ ਹੁਸ਼ਿਆਰਪੁਰ ਠੀਕ ਹੈ ਜੀ ਉੱਥੇ ਆਪਣੇ ਕੋਲ ਲੇਜ਼ਰ ਦੀ ਪੂਰੀ ਰਿਪੇਅਰ ਵਾਸਤੇ ਪੂਰਾ ਸੈਟਅਪ ਹੈ ਉੱਥੇ ਕਿਸੇ ਨੇ ਕਿਸੇ ਵੀ ਸਿਸਟਮ ਦੀ ਰਿਪੇਅਰ ਕਰਵਾਉਣੀ ਹੋਵੇ ਅਵੇਲੇਬਲ ਆ ਕਿਸੇ ਨੇ ਕੈਲੀਬਰੇਸ਼ਨ ਕਰਵਾਉਣੀ ਹੋਵੇ ਅਵੇਲੇਬਲ ਆ ਨਹੀਂ ਤਾਂ ਲੋਕਾਂ ਨੂੰ ਕੈਲੀਬਰੇਸ਼ਨ ਕਰਵਾਉਣ ਵਾਸਤੇ ਵੀ ਲੁਧਿਆਣੇ ਜਾਣਾ ਪੈਂਦਾ ਹੁੰਦਾ ਸੀਗਾ ਅੱਛਾ ਉਹ ਵੀ ਆਪਾਂ ਇੱਥੇ ਦੇਖਦੇ ਆ ਉਹ ਵੀ ਆਪਾਂ ਸਾਰੇ ਇੱਥੇ ਹੀ ਦੇਖਦੇ ਆ ਹੁਸ਼ਿਆਰਪੁਰ ਹਾਂਜੀ ਜੇ ਕਿਸੇ ਮਕੈਨੀਕਲ ਰਿਪੇਅਰ ਸਾਰੀ ਆਪਣੇ ਕੋਲ ਟਾਂਡੇ ਦੇ ਵਿੱਚ ਨੇ ਵਰਕਸ਼ਾਪ ਆਪਣੇ ਕੋਲ ਟਾਂਡੇ ਦੇ ਵਿੱਚ ਨੇ ਜੇ ਇਲੈਕਟ੍ਰੋਨਿਕਸ ਕੋਈ ਵੀ ਰਿਪੇਅਰ ਹੈਗੀ ਆਪਣੇ ਕੋਲ ਹੁਸ਼ਿਆਰਪੁਰ ਦੇ ਵਿੱਚ ਅਵੇਲੇਬਲ ਆ ਠੀਕ ਆ ਜੀ ਸਿਰਫ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਟੋਟਲੀ ਆਪਾਂ ਸਰਵਿਸ ਦੇ ਰਹੇ ਹੈ ਮਿੰਟੋ ਮਿੰਟੀ ਸਰਵਿਸ ਵੀ ਹੋ ਜੂ ਤੇ ਗੁਜਰਾਤ ਵਾਲਾ ਬਾਈ ਬੈਠਾ ਹੈ ਉੱਤੇ ਹੈ ਗੁਜਰਾਤ ਵਾਲਾ ਬੰਦਾ ਜਿਹੜੇ ਟਰੈਕਟਰ ਚਲਾਈ ਜਾਂਦੇ ਨੇ ਇਹ ਜਿਹੜੇ ਹੈ ਕੰਪਨੀ ਦੇ ਸਿਸਟਮ ਵਾਲੇ ਨੇ ਇੰਜੀਨੀਅਰ ਨੇ ਜੀ ਜਿਹੜੇ ਅੱਜ ਆਪਣੇ ਟੈਸਟਿੰਗ ਕਰ ਰਹੇ ਨੇ ਕਿ ਹਾਂ ਵੀ ਫਿਟਿੰਗ ਦੇ ਕਿਉਂਕਿ بارش ਦੇ ਮਾਹੌਲ ਕਰਕੇ ਮਿੱਟੀ ਥੋੜਾ ਜ਼ਿਆਦਾ ਗਿੱਲੀ ਹੋਣ ਕਰਕੇ ਨਾ ਲਿਥ ਨਹੀਂ ਰਹੀ ਪੂਰੀ ਉਹਦੇ ਨਾਲ ਅੱਛਾ ਫਿਰ ਇੰਜੀਨੀਅਰ ਆਵਾ ਕੇ ਟੈਸਟ ਕਰਕੇ ਤੁਹਾਨੂੰ ਸਾਰਾ ਸਿਖਾ ਕੇ ਟੈਸਟ ਕਰਕੇ ਸਿਖਾ ਕੇ ਫਿਰ ਜਾਣਗੇ ਜੀ ਲਓ ਜੀ ਮਿੱਤਰੋ ਆਪਣੇ ਨਾਲ ਹੁਣ ਖੜੇ ਆ ਬਾਈ ਜੀ ਓਨਰ ਜਿਨ੍ਹਾਂ ਨੇ ਲਿਆ ਕਰਾ ਬਾਈ ਹੁਣਾਂ ਕੋਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਦਾ ਨਾਮ ਆ ਰਜਿੰਦਰ ਭਾਜੀ ਭਾਜੀ ਵੈਸੇ ਇਹਨਾਂ ਦਾ ਜਿਹੜਾ ਸੰਦ ਆ ਹੁਣ ਆਪਾਂ ਲੈ ਤਾਂ ਲਿਆ ਇਹ ਟੈਸਟ ਕਿ ਪਹਿਲਾਂ ਟੈਸਟ ਕਰ ਲਿਆ ਸੀਗਾ ਹਾਂਜੀ ਹਾਂਜੀ ਪਹਿਲਾਂ ਦੇਖਿਆ ਸੀਗਾ ਜੀ ਚਲਾਇਆ ਹੁਣ ਸਾਨੂੰ ਚਲਾਉਂਦਿਆਂ ਨੂੰ ਕਾਫੀ ਚਿਰ ਹੋ ਗਿਆ ਬਹੁਤ ਵਧੀਆ ਪ੍ਰੋਡਕਟ ਆ ਔਰ ਸਾਨੂੰ ਅਜੇ ਤੱਕ ਇੱਕ ਵਾਰੀ ਵੀ ਬ੍ਰੇਕ
ਤੇ ਬੈਸਟ ਰਿਜ਼ਲਟ ਉਹਦੇ ਵੀ 2 ਸਾਲ ਹੋ ਗਏ ਵਰਤਦੇ ਨੂੰ ਸੁਪਰ ਸੀਡਰ ਹਾਂਜੀ ਬਹੁਤ ਵਧੀਆ ਰਿਜ਼ਲਟ ਆ ਬਹੁਤ ਫਸਟ ਕਲਾਸ ਚੱਲ ਰਿਹਾ ਕੋਈ ਪ੍ਰੋਬਲਮ ਨਹੀਂ ਕੋਈ ਫਾਲਟ ਨਹੀਂ ਕੁਝ ਨਹੀਂ ਤੇ ਜਦੋਂ ਚਲਾਉਂਦੇ ਨੇ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਆ ਤੇ ਫਿਰ ਬੰਦੇ ਮਗਰ ਖੜਦੇ ਬਿਲਕੁਲ ਬਿਲਕੁਲ ਮੈਂ ਕਿਹਾ ਦੱਸਿਆ ਤਾਂ ਹੈ ਤੁਹਾਨੂੰ ਇੱਕ ਦੋ ਵਾਰੀ ਸਾਨੂੰ ਮਤਲਬ ਕੋਈ ਸਾਡੇ ਇੰਪਲੀਮੈਂਟ 'ਚ ਕੋਈ ਪ੍ਰੋਬਲਮ ਨਹੀਂ ਸੀ ਸਾਨੂੰ ਉਹਨੂੰ ਆਪਰੇਟ ਕਰਨ 'ਚ ਨਹੀਂ ਚਿੱਤਾ ਭੁੱਲ ਗਿਆ ਜਾਂ ਕਿੱਦਾਂ ਸਾਨੂੰ ਨਹੀਂ ਪਤਾ ਲੱਗ ਰਿਹਾ ਸੀ ਤਾਂ ਫੋਨ ਕੀਤਾ ਜੱਗੀ ਭਾਜੀ 15-20 ਮਿੰਟਾਂ 'ਚ ਖੇਤਾਂ 'ਚ ਦੋ ਤਿੰਨ ਵਾਰੀ ਦਾ ਹੋਇਆ ਜੀ ਅੱਛਾ ਜੀ ਮਤਲਬ ਮਗਰ ਇਹ ਖੜਦੇ ਫਸਟ ਕਲਾਸ ਜਿਵੇਂ ਆਪਾਂ ਜੱਟਾਂ ਜ਼ਿਮੀਦਾਰਾਂ ਦੇ ਘਰੇ ਹੁੰਦਾ ਨਾ ਆਪਾਂ ਕੋਈ ਨਵਾਂ ਸੰਦ ਨਵਾਂ ਟਰੈਕਟਰ ਟਰਾਲੀ ਜਾਂ ਕੁਛ ਵੀ ਲੈਂਦੇ ਆ ਨਾ ਸਾਡੇ ਸਾਰੇ ਜ਼ਿਮੀਦਾਰ ਭਾਈ ਦੇਖਣ ਆਉਂਦੇ ਆ ਇਹ ਤੇ ਅੱਜ ਵੀ ਵਾਹਵਾ ਬੰਦੇ ਆਏ ਨੇ ਦੇਖਣ ਤੇ ਹੁਣ ਸਲਾਹ ਹੈਗੀ ਕਿਸੇ ਹੋਰ ਯਾਰ ਮਿੱਤਰ ਦੀ ਕਿ ਲੈ ਲਈਏ ਇਹਦੇ ਹਾਂ ਨਹੀਂ ਇੱਕ ਮੁੰਡੇ ਦੀ ਸਲਾਹ ਬਣਦੀ ਆ ਉਹਨੂੰ ਸੱਦਿਆ ਜੀ ਤੇ ਉਹਨੇ ਲੈਣਾ ਆ ਹੁਣ ਤੇ ਉਹਨਾਂ ਦੀ ਇਹੀ ਸੀਗੀ ਵੀ ਮੈਨੂੰ ਕੋਈ ਇਦਾਂ ਹੋਵੇ ਜਿੱਦਾਂ ਉਹਨੂੰ ਜਾਣਕਾਰੀ ਘੱਟ ਸੀ ਵੀ ਮੈਨੂੰ ਬੈਸਟ ਚੀਜ਼ ਮਿਲ ਜਾਏ ਵੀ ਪੈਸੇ ਦੀ ਨਹੀਂ ਗੱਲ 5-7 ਹਜ਼ਾਰ ਇੱਧਰ ਉੱਧਰ ਹੋ ਜਾਏ ਭਾਵੇਂ ਪਰ ਇਹ ਨਾ ਹੋਵੇ ਮੈਨੂੰ ਬਾਅਦ ਵਿੱਚ ਪਛਤਾਵਾ ਰਿਹਾ ਮੈਂ ਆਹ ਨਹੀਂ ਆਹ ਲੈ ਲੈਂਦਾ ਤੇ ਮੈਨੂੰ ਲੱਗਦਾ ਵੀ ਉਹਦੀ ਪੂਰੀ ਤਸੱਲੀ ਹੋਊਗੀ ਹਲੇ ਤੇ ਮੈਂ ਨਹੀਂ ਅਪਡੇਟ ਕਰਨ ਤੋਂ 2 ਸਾਲ ਹੋ ਗਏ ਅਸੀਂ 2 ਸਾਲ ਇੰਪਲੀਮੈਂਟ ਵਰਤ ਰਹੇ ਇਹਨਾਂ ਦੇ ਸਾਡੇ ਕੋਲ ਸੁਪਰ ਸੀਡਰ ਵੀ ਆ ਲੇਜਰ ਲੈਵਲਰ ਵੀ ਆ ਆਪਣੇ ਐਗਰੀਜ਼ੋਨ ਦਾ ਹਾਂਜੀ ਬਹੁਤ ਵਧੀਆ ਕੰਪਨੀ ਦੀ ਪਰਫਾਰਮੈਂਸ ਆ ਔਰ ਉਹਨਾਂ ਤੋਂ ਵੱਧ ਪਰਫਾਰਮੈਂਸ ਸਾਡੇ ਡੀਲਰ ਸਾਹਿਬ ਜੱਗੀ ਭਾਈ ਹੋਣਾਂ ਦੀ ਆ ਦੇਖੋ ਇੱਕ ਗੱਲ ਸੁਣੋ ਜਿੱਦਾਂ ਵੀ ਮਰਜ਼ੀ ਵਧੀਆ ਇੰਪਲੀਮੈਂਟ ਕੋਈ ਵੀ ਹੋਵੇ ਚਾਹੇ ਟਰੈਕਟਰ ਆ ਜਾਂ ਕੋਈ ਮਸ਼ੀਨਰੀ ਹੋਵੇ ਸਰਵਿਸ ਦੇ ਸਿਰ ਤੇ ਹੁੰਦਾ ਜੇ ਸਰਵਿਸ ਪੂਰ ਆ ਨਾ ਜੀ ਵਧੀਆ ਤੋਂ ਵਧੀਆ ਜਿਹੜੇ ਕੰਪਨੀਆਂ ਵੀ ਫੇਲ ਹੋ ਜਾਂਦੀਆਂ ਤੇ ਸਰਵਿਸ ਬਹੁਤ ਗੁੱਡ ਆ ਜੀ ਹਾਂਜੀ ਮਤਲਬ ਹੁਣ ਗੱਲਬਾਤ ਐਂ ਆ ਖਾਣ ਪੀਣ ਹੋ ਗਿਆ ਵੀਡੀਓ ਸਾਰੀ ਬਣ ਗਈ ਹਾਂਜੀ ਗੱਲਬਾਤ ਇਹ ਆ ਬਾਈ ਜੀ ਆਉਣਾ ਕਿੱਥੇ ਆ ਹੈ ਹੁਣ ਦੱਸ ਦਿੰਦੇ ਬਾਈ ਜੀ ਜੇ ਸਾਡੇ ਕੋਲ ਕਿਸੇ ਨੇ ਮਿਲਣਾ ਆਉਣਾ ਤਾਂ ਕਿੱਥੇ ਆਉਣ ਭਾਅ ਜੀ ਜਿੱਦਾਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਗੱਲ ਕੀਤੀ ਕਿ ਆਪਣੀ ਇੱਕ ਲੋਕੇਸ਼ਨ ਹੈਗੀ ਟਾਂਡੇ ਟਾਂਡਾ ਔਡਮੋਲ ਜਾਜਾ ਬਾਈਪਾਸ ਦੇ ਨਾਲ ਹੀ ਆ ਮਹੇਸ ਸਵੀਟ ਸ਼ੋਪ ਓਕੇ ਜੀ ਮਹੇਸ ਸਵੀਟ ਸ਼ੋਪ ਤੋਂ ਮੇਨ ਹਾਈਵੇ ਦੇ ਉੱਪਰ ਹੀ ਆ ਯਾਨੀ ਕਿ ਮਹੇਸ ਸਵੀਟ ਸ਼ੋਪ ਤੋਂ ਤੁਸੀਂ ਕਹਿ ਲਓ 100 ਕੁ ਮੀਟਰ ਦੀ ਦੂਰੀ 'ਤੇ ਮੇਨ ਹਾਈਵੇ ਦੇ ਉੱਪਰ ਹੀ ਆਪਣੇ ਉੱਥੇ ਤੁਹਾਨੂੰ ਐਗਰੀ ਜ਼ੋਨ ਦੇ ਬਾਰੇ ਸਾਰਾ ਸੈਟਅਪ ਵਗੈਰਾ ਤੁਹਾਨੂੰ ਮਿਲ ਜਾਏਗਾ ਰੋਡ ਦੇ ਉੱਤੇ ਆਪਣੇ ਐਗਰੀ ਜ਼ੋਨ ਦੇ ਇੰਪਲੀਮੈਂਟ ਵਗੈਰਾ ਸਾਰੇ ਮਿਲ ਜਾਣਗੇ ਅਜੇ ਨਾ ਮਿਲਿਆ ਤਾਂ ਭਾਈ ਇੱਥੇ ਕਿਤੇ ਨੰਬਰ ਦਿੱਤਾ ਤੁਸੀਂ ਫੋਨ ਕਰ ਲਿਓ ਬਿਲਕੁਲ ਤੇ ਦੂਸਰੀ ਆਪਣੀ ਲੋਕੇਸ਼ਨ ਹੈਗੀ ਆ ਕਿ ਹੁਸ਼ਿਆਰਪੁਰ ਮੇਨ ਸਿਟੀ ਦੇ ਵਿੱਚ ਆਪਣੇ ਆਪਾਂ ਖੜੇ ਆ ਜਿੱਥੇ ਇਸ ਵੇਲੇ ਆਪਾਂ ਖੜੇ ਆ ਪੋਰਹੀਰਾ ਬਾਈਪਾਸ ਫਗਵਾੜੇ ਨੂੰ ਜਿਹੜਾ ਰੋਡ ਜਾਂਦਾ ਪੈਟਰੋਲ ਪੰਪ ਦੇ ਓਪੋਜ਼ਿਟ ਸਾਈਡ ਦੇ ਉੱਤੇ ਬਿਲਕੁਲ ਜੀ ਪੋਰਹੀਰਾ ਬਾਈਪਾਸ ਤੋਂ ਇੱਥੇ ਵੀ ਸੇਮ ਲੋਕੇਸ਼ਨ ਆ ਕਿ 100-150 ਮੀਟਰ ਅੱਗੇ ਫਗਵਾੜੇ ਵਾਲੀ ਸਾਈਡ ਤੋਂ ਠੀਕ ਆ ਜੀ ਮੇਨ ਆਪਣੇ ਤੁਹਾਨੂੰ ਬਾਹਰ ਇੱਥੇ ਵੀ ਸੇਮ ਤੁਹਾਨੂੰ ਇੰਪਲੀਮੈਂਟ ਬਾਹਰ ਪਏ ਸਾਰੇ ਮਿਲ ਜਾਣਗੇ ਤੁਹਾਨੂੰ ਸਾਰੇ ਤੇ ਬਾਕੀ ਗੱਲਬਾਤ ਐਂ ਆ ਇਕੱਲਾ ਇਹ ਨਾ ਸੋਚਿਓ ਬਾਈ ਕਰਾਹ ਚਾਹੀਦਾ ਲੇਜ਼ਰ ਕਰਾਹ ਚਾਹੀਦਾ ਜਾਂ ਜਿਹੜਾ GPS ਕਰਾਹ ਉਹ ਚਾਹੀਦਾ ਬਾਈ ਹੁਣਾਂ ਕੋਲ ਵਿੱਕੀ ਸਾਹਿਬ ਇੱਧਰ ਦਿਖਾ ਦੇ ਕਿ ਬਾਕੀ ਸਾਰੇ ਸੰਦ ਸੇੜੇ ਤੁਹਾਨੂੰ ਇੰਪਲੀਮੈਂਟ ਮਿਲ ਜਾਣਗੇ ਸਾਰੇ ਸੰਦ ਸੇੜੇ ਮਿਲ ਜਾਣਗੇ ਜਿੱਦਾਂ ਆਪਣੇ ਕੋਲ ਜਿੱਦਾਂ ਕਿ ਕਹਿਣ ਦੀ ਚੀਜ਼ ਨਹੀਂ ਕਿ ਆਪਣੇ ਕੋਲ ਅਵੇਲੇਬਲ ਹੈ ਸਾਰੇ ਚੀਜ਼ਾਂ ਤੁਸੀਂ ਆਪਣੇ ਕੋਲ ਇੱਥੇ ਦੇਖ ਸਕਦੇ ਹੋ ਇੱਕ ਅਵੇਲੇਬਲ ਨੇ 3 ਆਪਣੇ ਕੋਲ ਬਾਗਟਾ ਖੜੀਆਂ ਨੇ ਜਿਨ੍ਹਾਂ ਵਿੱਚੋਂ 2-3 ਹੋਰ ਨਿਕਲ ਗਈਆਂ ਜਿਹੜੀ ਕਿ ਆਪਣੇ ਕੋਲ 5-6 ਸਟੋਕ ਦੇ ਵਿੱਚ ਐਟ ਦੀ ਮੂਮੈਂਟ ਖੜੀਆਂ ਸੀਗੀਆਂ ਆਪਣੇ ਕੋਲ ਡਿੱਗਰ ਖੜੇ ਹੋਏ ਨੇ ਠੀਕ ਹੈ ਜੀ ਡਿੱਗਰ ਵੀ ਪਿਆ ਆ ਰੋਟਾਵੇਟਰ ਵੀ 5-6 ਇੱਥੇ ਪਏ ਸੀਗੇ ਸੀਜ਼ਨ ਦੇ ਹਿਸਾਬ ਨਾਲ ਆਰਡਰ ਦੇ ਵਿੱਚ ਹੁੰਦਾ ਜਿੱਦਾਂ ਹੁਣ ਆਪਣੇ ਕੋਲ 2 ਰਹਿ ਗਏ ਨੇ ਆਪਣੇ ਕੋਲ ਆਹ ਟਿਲਰ ਪਏ ਹੋਏ ਨੇ ਰੀਪਰ ਸਟੋਰ ਰੀਪਰ ਅੱਜ ਕੱਲ੍ਹ ਜਿੱਦਾਂ ਹੁਣ ਨੈਕਸਟ ਸੀਜ਼ਨ ਉਹ ਚਲੋ ਤੁਹਾਡੇ ਪੈਰਾਂ ਕਰਕੇ ਇਹਦਾ ਵੀ ਸੌਦਾ ਹੋ ਗਿਆ ਗੱਲਬਾਤ ਕਿ ਬਾਈ ਹੁਣਾਂ ਕੋਲੇ ਕਿਸੇ ਨੇ ਬਾਈ ਉਹ ਰਿਪੇਅਰਿੰਗ ਵਾਲਾ ਵੀ ਦੱਸ ਦਿਓ ਹਾਂਜੀ ਹਾਂਜੀ ਰਿਪੇਅਰਿੰਗ ਵਾਲਾ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਉਹ ਵੀ ਸੈਟਅਪ ਦਿਖਾਉਂਦੇ ਆ ਜਿਹਦਾ ਹੁਣ ਆਹ ਨੈਕਸਟ ਸੀਜ਼ਨ ਇਹਦਾ ਆ ਰੀਪਰ ਦਾ ਠੀਕ ਆ ਜੀ ਹੁਣ ਥੋੜੇ ਦਿਨਾਂ ਨੂੰ ਇਹਦੀ ਡਿਮਾਂਡ ਆਏਗੀ ਰੀਪਰ ਦੀ ਆਏਗੀ ਸਟੋਰ ਰੀਪਰ ਇਹ ਵੀ ਐਗਰੀ ਜਾਂਦੇ ਆ ਪੂਰੀ ਪਲੇਟ ਵਾਡੀ ਦੇ ਵਿੱਚ ਹੈ ਵੀ ਠੀਕ ਆ ਜੀ ਸੇਮ ਫੀਚਰਸ ਨੇ ਪਾਊਡਰ ਕੋਟਡ ਪੇਂਟ ਨੇ ਗਰੰਟੀ 2 ਸਾਲ ਦੀ ਹੈ ਜਿੱਦਾਂ ਮਰਜ਼ੀ ਚਲਾਓ ਲਓ ਜੀ ਚਲਾਓ ਮਿੱਤਰੋ ਤੇ ਬਾਕੀ ਬਾਈ ਜੀ ਅੰਦਰ ਦਿਖਾ ਦਿੰਦੇ ਬਾਈ ਆਹ ਦਫ਼ਤਰ ਆ ਆਹ ਬਾਕੀ ਗੱਲਾਂ ਬਾਤਾਂ ਤੁਸੀਂ ਸੁਣ ਲਈਆਂ ਜਗ੍ਹਾ ਤੁਹਾਨੂੰ ਦੱਸ ਸੀ ਨੰਬਰ ਤੁਹਾਨੂੰ ਦੇ ਤੇ ਅਤੇ ਇਹ ਸੀਗੀਆਂ ਨਵੀਆਂ ਚੀਜ਼ਾਂ ਜੇ ਕਿਸੇ ਨੇ ਆਪਣਾ ਬਾਈ ਲੇਜ਼ਰ ਰਿਪੇਅਰ ਕਰਾਉਣਾ ਆ ਤਾਂ ਅਸੀਂ ਕਿਸੇ ਵੀ ਕੰਪਨੀ ਦਾ ਹੋਵੇ ਉਹ ਵੀ ਕਰ ਦਿੰਦੇ ਉਹ ਵੀ ਕਰੀਦਾ ਜੀ ਠੀਕ ਹੈ ਜੀ ਅਤੇ ਉਹ ਅੰਦਰ ਸਿਸਟਮ ਹੈਗਾ ਨਾ ਸਾਰਾ ਜੀ ਕਿਸੇ ਨੇ ਕਲੈਬਰੇਟ ਕਰਨਾ ਆ ਜਾਂ ਕਿਸੇ ਨੇ ਰਿਪੇਅਰਿੰਗ ਕਰਨੀ ਆ ਉਹ ਸਾਰਾ ਸਿਸਟਮ ਉਰੇ ਆ ਬਾਈ ਜੀ ਹੈ ਨਾ ਤੇ ਬਾਕੀ ਰਹਿੰਦੀ ਗੱਲਬਾਤ ਮਿੱਤਰੋ ਅੱਛਾ ਬਾਕੀ ਆਹ ਸਿਸਟਮ ਹੁਣ ਜਿੱਦਾਂ ਕਿ ਰਿਪੇਅਰ ਕਰਨ ਵਾਲਾ ਸਾਡੇ ਕੋਲ ਇਸੀ ਹੈ ਇਹ ਸਾਡਾ ਹੈਗਾ ਕੈਲੀਬ੍ਰੇਸ਼ਨ ਸਿਸਟਮ ਠੀਕ ਹੈ ਜਿਹੜੇ ਆਪਾਂ ਐਗਰੀ ਜ਼ੋਨ ਦੇ ਸਿਸਟਮ ਦੀ ਗੱਲ ਕਰਦੇ ਸੀਗੇ ਵਾਈਫਾਈ ਵਾਲਾ ਆਹ ਹੁੰਦਾ ਵੀਰੇ ਵਾਈਫਾਈ ਵਾਲਾ ਇਸ ਸਿਸਟਮ ਨੂੰ ਤੁਸੀਂ ਔਨ ਕੀਤਾ ਠੀਕ ਹੈ ਜੀ ਤੇ ਇੱਥੋਂ ਹੀ ਤੁਸੀਂ ਇਹਨੂੰ ਔਨ ਕਰਕੇ ਉਹ ਆਪਣਾ ਵਰਕਿੰਗ ਦੇ ਵਿੱਚ ਆ ਗਿਆ ਉਹ ਚੱਲ ਪਿਆ ਉਹ ਚੱਲ ਪਿਆ ਇਹ ਹੈਗਾ ਜੀ ਆਪਣਾ ਵਾਈਫਾਈ ਵਾਲਾ ਸਿਸਟਮ ਇਹ ਐਗਰੀ ਜ਼ੋਨ ਦਾ ਵਾਈਫਾਈ ਸਿਸਟਮ ਹੈ ਜਿਹੜੀ ਆਪਾਂ ਉੱਥੇ ਗੱਲ ਕਰਦੇ ਸੀ ਆਪਣੇ ਐਗਰੀ ਜ਼ੋਨ ਦੇ ਵਿੱਚ 3 ਸਿਸਟਮ ਆਉਂਦੇ ਇੱਕ ਜੋ ਕਿ ਆਰਡੀਨਰੀ ਜਿਹੜੇ ਸਾਰੇ ਯੂਜ਼ ਕਰਦੇ ਹੋਏ ਨੇ ਜਿੱਦਾਂ ਕਿ ਆਰਡੀਨਰੀ ਦੇ ਵਿੱਚ ਆਪਾਂ ਇਹਨੂੰ ਕੀ ਕਿਹਾ ਇੱਥੋਂ ਆਪਾਂ ਸੁੱਚ ਦੇ ਨਾਲ ਚਲਾਉਂਦੇ ਹਾਂ ਇਹਨੂੰ ਤਰਪਾਈ ਦੇ ਉੱਤੇ ਲਾਤਾ ਸੁੱਚ ਦੇ ਨਾਲ ਚਲਾਤਾ ਹੁਣ ਆਪਾਂ ਇਹਨੂੰ ਇੱਥੋਂ ਸੁੱਚ ਦੇ ਨਾਲ ਹੀ ਬੰਦ ਕਰਨਾ ਤਰਪਾਈ ਦੇ ਉੱਤੇ ਲਾਤਾ ਇਹਦੇ ਵਿੱਚ ਵਾਈਫਾਈ ਕਰਤਾ ਆਪਾਂ ਇਹਦੇ ਵਿੱਚ ਆਪਾਂ
ਦੇਖ ਰਹੇ ਹੋ ਤੇ ਜਿੱਦਾਂ ਇਹਨੂੰ ਆਪਾਂ ਇਹਦੇ ਤੋਂ ਹੀ ਆਪਾਂ ਬੰਦ ਕਰ ਦਿੱਤਾ ਸਾਨੂੰ ਵਾਰ ਵਾਰ ਤਰਪਾਈ ਦੇ ਉੱਤੇ ਲਾ ਕੇ ਜਾਂ ਬਾਗਟ ਨਾਲ ਕਰਕੇ ਉੱਚੀ ਜਗ੍ਹਾ 'ਤੇ ਆ ਕੇ ਕੋਈ ਇਸ਼ੂ ਨਹੀਂ ਸਾਰਾ ਕੁਛ ਆਪਾਂ ਇੱਥੋਂ ਹੀ ਇਹਨੂੰ ਓਪਰੇਟ ਕਰ ਸਕਦੇ ਹਾਂ ਠੀਕ ਹੈ ਜੀ ਇਹ ਹੋ ਗਿਆ ਸਿਸਟਮ ਇਹ ਆਪਣਾ ਹੋ ਗਿਆ ਕੈਲੀਬਰੇਸ਼ਨ ਬਾਕੀ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਨਵੀਂ ਕੀਤੀ ਹੈ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਚਾਹਾਂਗਾ ਜਿੱਦਾਂ ਹੁਣ ਸਾਡੇ ਕੋਲ ਆ ਰਿਮੋਟ ਆਉਂਦਾ ਅਸੀਂ ਆਪਣੇ ਕੋਈ ਵੀ ਕੰਪਨੀ ਦਾ ਸਾਡੇ ਕੋਲ ਲੇਜ਼ਰ ਲਿਆਓ ਅਸੀਂ ਉਹਨੂੰ ਵਾਈਫਾਈ ਕਰ ਦਿੰਦੇ ਹਾਂ ਰਿਮੋਟ ਵਿੱਚ ਲਾ ਦਿਆਂਗੇ ਅੱਛਾ ਇਹ ਰਿਮੋਟ ਕਿਹੜਾ ਦਿਖਾਇਓ ਗੱਡੀਆਂ ਵਾਲਾ ਰਿਮੋਟ ਅੱਛਾ ਜਿੱਦਾਂ ਕਾਰਾਂ ਦਾ ਰਿਮੋਟ ਹੁੰਦਾ ਹੈ ਵੀ ਕੀ ਆ ਦੇਖ ਓਏ ਇਹ ਉਹ ਚੀਜ਼ ਕਰਦੀ ਹੈ ਨਾ ਉਹ ਚੀਜ਼ ਕਰਦੀ ਬੰਦੇ ਨੂੰ ਟੈਨਸ਼ਨ ਹੀ ਕੋਈ ਨਹੀਂ ਆ ਰਿਮੋਟ ਦੇ ਉੱਤੋਂ ਨਾਲ ਹੀ